ਜਿਵੇਂ ਆਪਣੇ ਕੋਲ ਵਿੱਚ ਦੋ ਚਾਰ ਕਾਰਾਂ ਹੈਗੀਆਂ ਨੇ ਉਹ ਆਪਾਂ ਜ਼ੀਰੋ ਡਾਊਨ ਤੇ ਵੀ ਦੇ ਸਕਦੇ ਹਾਂ। ਤਕਰੀਬਨ ਵੀਰੇ ਆਪਣੇ ਕੋਲ ਹਰੇਕ ਕਾਰ ਦੀ ਲੋਨ ਫੈਸਿਲਿਟੀ ਅਵੇਲੇਬਲ ਹੈ, ਕੋਈ ਵੀ ਕਾਰ ਇਹੋ ਜਿਹੀ ਨਹੀਂ ਖੜੀ ਇਹ ਤੇ ਵੀ ਜਿਹ ਤੇ ਲੋਨ ਨਹੀਂ ਹੋ ਸਕਦਾ। ਇਹ ਗੱਡੀ ਸਿਰਫ ਤੇ ਸਿਰਫ ਆਪਾਂ 7,80,000 ਦੀ ਦੇ ਦਾਂ, ਇਹ 7,80,000 ਲੁਧਿਆਣੇ ਦਾ ਨੰਬਰ ਪਹਿਲੇ ਨਾਮ ਕਾਰ ਇਹਦੀਆਂ। ਆਹ ਦੇਖੋ ਲਾਈਟਾਂ, ਆਹ ਦਾਣੇ ਜੇ ਦੇਖਦੇ ਆ, ਹਾਂ ਛੋਟੇ ਛੋਟੇ ਜੇ ਥੱਲੇ ਹੈ, ਦਾਣੇ 7-8 ਲੱਖ ਦੇ ਆ ਤੇ ਬਈ ਉਦੋਂ ਤਾਂ ਲਾ ਲਓ 1 ਕਰੋੜ ਦੀ ਸੀਗੀ। ਹਾਂ ਜੇ ਆਪਾਂ ਹੁਣ ਦੀ ਗੱਲ ਕਰਦੇ ਇਸ ਟਾਈਮ ਇਹ ਖੜੀ ਕਿਸ ਨੇ ਲੈ ਕੇ ਜਾਣੀ ਆ? ਇਹ ਹੁਣ ਆਪਾਂ ਭਰਾ 19,80,000 ਰੁਪਏ ਦੀ ਕਾਰ ਦੇ ਦਾਂਗੇ ਇੱਕੋ ਮੁੱਲ ਜਮਾਂ। ਆਡੀ, ਆਡੀ A8 ਆ ਵੀਰੇ, ਇਹ ਆਡੀ ਦੀ ਸਭ ਤੋਂ ਵੱਡੀ ਸਡਾਨ ਆ। ਅੱਛਾ, ਸਭ ਤੋਂ ਲੰਬੀ ਕਹਿ ਦਈਏ A8 L, ਇਸ ਤੋਂ ਬਾਅਦ ਕੋਈ ਆਡੀ ਦਾ ਸਡਾਨ ਚ ਮਾਡਲ ਨਹੀਂ। ਜ਼ੀਰੋ ਡਾਊਨ ਪੇਮੈਂਟ ਤੇ ਕਾਰ ਦੇ ਦਾਂਗੇ ਇਹ ਵਾਲੀ ਗੱਡੀ। ਬਿਲਕੁਲ ਵੀਰੇ, ਵੀ ਆਪਣੇ ਕੋਲ ਤੁਸੀਂ ਚੈਲੰਜ ਨਾਲ ਆਓ, ਜਿਹੜੀ ਗੱਡੀ ਕਹਿਤੀ ਵੀ ਇੰਨੇ ਕਿਲੋਮੀਟਰ ਆ ਉਹਨੂੰ ਗਲਤ ਪ੍ਰੂਵ ਕਰੋ, ਜਿਹੜੇ ਮੁੱਲ ਦੀ ਕਾਰ ਕਹੋਗੇ ਆਪਾਂ ਉਹ ਮੁੱਲ ਕਾਰ ਕਰ ਦਾਂਗੇ। ਇਹ ਲਾ ਲਓ ਵੀ ਆਪਾਂ ਇੱਕੋ ਮੁੱਲ ਜਾਂ 27.5 ਲੱਖ ਦੀ ਗੱਡੀ ਦੇ ਦਾਂਗੇ, 17 ਮਾਡਲ 4x4 ਤੇ ਨਵੇਂ ਟਾਇਰ ਆ ਬਿਲਕੁਲ। ਇਹ ਤਕਰੀਬਨ ਬਈ ਜੀ ਆਪਾਂ 20 ਲੱਖ ਰੁਪਏ ਦੀ ਕਾਰ ਦੇ ਦਾਂਗੇ, 20 ਲੱਖ ਰੁਪਏ ਦੀ 22 ਮਾਡਲ ਕਾਰ ਦੇ ਦਾਂਗੇ। ਇਹਦੀ ਡਿਮਾਂਡ ਕਿੰਨੀ ਆ? ਇਹ ਤਕਰੀਬਨ ਬਈ ਜੀ ਆਪਾਂ 37 ਲੱਖ ਰੁਪਏ ਦੀ ਕਾਰ ਦੇ ਦਾਂਗੇ। ਇਹ ਗੱਡੀ ਦਾ ਵੀਰੇ ਇੱਕ ਗਰੰਟਡ ਇਹ ਚੀਜ਼ ਵੀ ਆ ਵੀ ਖਰਚਾ ਵਰਨਾ ਜਿੰਨਾ ਹੀ ਆ ਇਹਦਾ। ਹਾਂ, ਐਵਰੇਜ ਇਹ 15-16 ਦੀ ਐਵਰੇਜ ਮਿਨੀਮਮ ਕਰਦੀ ਆ। ਕੀ ਲਾਤਾ ਕਿੰਨੀ ਕਰ ਦੂਏ ਬੇਟਾ? ਬੈਂਟਰੀਆਂ ਤੇ ਚੱਲਦੀ ਆ 40 ਦੀ ਸਪੀਡ ਤੋਂ ਥੱਲੇ ਹੋ ਜਦੋਂ, ਮਤਲਬ ਲਾ ਲਓ ਵੀ ਤੁਸੀਂ ਜੇ ਸ਼ਹਿਰ ਚ ਘੁੰਮ ਰਹੇ ਹੋ ਤਾਂ ਫ੍ਰੀ ਘੁੰਮ ਰਹੇ ਹੋ। ਬਿਲਕੁਲ, ਸੈਕਿੰਡ ਹੈਂਡ ਤਾਂ ਹੀਰੋ ਬਈ ਇਹ ਆਪਣੇ ਵਾਸਤੇ ਨੇ, ਜਿਹੜਾ ਬੰਦਾ ਲੈ ਕੇ ਚੱਲਿਆ ਉਹਦੇ ਵਾਸਤੇ ਤਾਂ ਨਵੀਂ ਹੈ ਨਾ। ਬਿਲਕੁਲ ਬਿਲਕੁਲ, ਅਸੀਂ ਇਹ ਚੀਜ਼ਾਂ ਦਾ ਹੀ ਗੌਰ ਰੱਖਦੇ ਆ ਵੀ ਯਾਰ ਕਿਸੇ ਦਾ ਮਨ ਨਹੀਂ ਦੁਖਣਾ ਚਾਹੀਦਾ, ਬਸ ਇਸ ਨਹੀਂ ਨਿਕਲਣੀ ਚਾਹੀਦੀ ਦਿਲ ਚੋਂ। ਬਿਲਕੁਲ ਬਾਈ, ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ। ਲਓ ਜੀ ਬਾਈ ਜੀ ਗੱਲਬਾਤ ਫਿਰ ਅੱਜ ਆਏ ਆ, ਅੱਜ ਹੈਗੀਆਂ ਬਾਈ ਜੀ ਗੱਡੀਆਂ ਤੁਹਾਡੇ ਲਈ ਲੈ ਕੇ ਆਏ ਆ, ਪਰ ਹੈਗੀਆਂ ਨੇ ਬਾਈ ਲਗਜ਼ਰੀ ਸੈਗਮੈਂਟ ਵਾਲੀਆਂ ਬਹੁਤੀਆਂ, ਜਿਹਨੂੰ ਕਹਦੇ ਬਾਈ ਮਹਿੰਗੀਆਂ ਲਗਜ਼ਰੀ, ਉਹ ਗੱਡੀਆਂ ਜਿਹਦੇ ਵਿੱਚ ਬਹਿ ਕੇ ਬੰਦਾ ਫੀਲ ਕਰਦਾ ਕਿ ਮਿੱਤਰੋ ਅੱਜ ਦੇ ਰਾਜੇ ਅਸੀਂ ਆ, ਉਹ ਵਾਲੀਆਂ ਗੱਡੀਆਂ ਨੇ। ਜਗ੍ਹਾ ਹੈਗੀ ਬਾਈ ਖਰੜ, ਤੇ ਬਾਈ ਜਿਹੜੀ ਜਗ੍ਹਾ ਖੜੇ ਆ ਉਹ ਹੈਗੀ ਬਾਈ ਚੈਂਪੀਅਨਸ ਰਾਈਡ ਤੇ। ਬਾਈ ਆਪਣੇ ਨਾਲ ਹਰਕਮਲ ਬਾਈ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਆ ਭਰਾ? ਬਾਈ ਵਧੀਆ ਜੀ। ਮੈਂ ਕਿਹਾ ਬਾਈ ਗੱਡੀਆਂ ਉਹ ਵਾਲੀਆਂ ਨੇ, ਖਾਸ ਕਰਕੇ ਜ਼ਿਆਦਾਤਰ ਗੱਡੀਆਂ ਨੇ ਲਗਜ਼ਰੀ ਸੈਗਮੈਂਟ ਵਾਲੀਆਂ ਹੈ। ਹਾਂ ਤਕਰੀਬਨ ਬਾਈ ਜੀ ਲਗਜ਼ਰੀ ਸੈਗਮੈਂਟ ਹੀ ਰੱਖਦੇ ਆ, ਪਰ ਟਰਾਈ ਆਪਣੀ ਇਹ ਹੁੰਦੀ ਹੈ ਵੀ ਯਾਰ ਕੋਈ ਭਰਾ ਆਪਣੇ ਵਰਗੇ ਮਾੜੇ ਵੀ ਆ ਹਨਾ, ਵੀ ਉਹਨਾਂ ਦੀਆਂ ਵੀ ਮਤਲਬ ਸਪੈਸੀਫਿਕੇਸ਼ਨ ਸਾਰੀਆਂ ਪੂਰੀਆਂ ਹੋਣ। ਤਕਰੀਬਨ ਜਿਵੇਂ ਵਿੱਚ 1-2 ਸਵਿਫਟਾਂ ਵੀ ਹੈਗੀਆਂ, ਵੀ ਕੋਈ ਛੋਟਾ ਮਾਲ ਵੀ ਰੱਖੀਦਾ ਵੀ ਯਾਰ ਕੋਈ ਬੰਦਾ ਖਾਲੀ ਨਾ ਮੁੜ ਸਕੇ। ਅੱਛਾ, ਕੋਈ ਬੰਦਾ ਊਂ ਆ ਕੇ ਖਾਲੀ ਮੁੜਦਾ ਨਹੀਂ ਹੈ, ਤੇ ਗੱਡੀਆਂ ਬਹੁਤੀਆਂ ਉਹ ਵਾਲੀਆਂ ਨੇ, ਬੰਦਾ ਵਿੱਚ ਬੈਠ ਕੇ ਇੱਕ ਵਾਰੀ ਰਾਜੇ ਵਾਲੀ ਫੀਲਿੰਗ ਲੈ ਲੈਂਦਾ ਹੈ। ਨਹੀਂ ਫੀਲਿੰਗਾਂ ਹੀ ਨੇ ਯਾਰ, ਜ਼ਰੂਰੀ ਹੈ ਸਭ ਕੁਛ, ਇਕੱਲਾ ਲਾ ਲਓ ਵੀ ਬੰਦਾ ਪੈਸਾ ਜੋੜਦਾ ਹੀ ਰਹਿ ਜਾਂਦਾ, ਉਹ ਚੀਜ਼ ਦਾ ਵੀ ਕੋਈ ਫਾਇਦਾ ਨਹੀਂ, ਨਾਲ ਸ਼ੌਂਕ ਵੀ ਪੂਰੇ ਕਰਨੇ ਚਾਹੀਦੇ। ਹਾਂ, ਤੇ ਸ਼ੌਂਕ ਐ ਪੂਰੇ ਹੋ ਸਕਦੇ ਨੇ ਕਿ ਬਾਈ ਆਪਣੇ ਕੋਲੇ ਲੋਨ ਫੈਸਿਲਿਟੀ ਅਵੇਲੇਬਲ ਆ ਹਰੇਕ ਗੱਡੀ ਦੀ। ਬਿਲਕੁਲ, ਹਰੇਕ ਕਿਹੜੇ ਮਾਡਲ ਤੋਂ ਸ਼ੁਰੂ? ਤਕਰੀਬਨ ਵੀਰੇ ਆਪਣੇ ਕੋਲ ਹਰੇਕ ਕਾਰ ਦੀ ਲੋਨ ਫੈਸਿਲਿਟੀ ਅਵੇਲੇਬਲ ਹੈ, ਕੋਈ ਵੀ ਕਾਰ ਇਹੋ ਜਿਹੀ ਨਹੀਂ ਖੜੀ ਇਹ ਤੇ ਵੀ ਜਿਹਦੇ ਲੋਨ ਨਹੀਂ ਹੋ ਸਕਦਾ। ਕੋਈ ਵੀ ਬੰਦਾ ਆਵੇ, ਹਾਂ ਕਈਆਂ ਦਾ ਸਿਬਲ ਇੰਨਾ ਸਟਰੋਂਗ ਹੁੰਦਾ ਹੈ ਜਿਵੇਂ ਆਪਣੇ ਕੋਲ ਵਿੱਚ 2-4 ਕਾਰਾਂ ਹੈਗੀਆਂ ਨੇ, ਉਹ ਆਪਾਂ ਜ਼ੀਰੋ ਡਾਊਨ ਤੇ ਵੀ ਦੇ ਸਕਦੇ ਹਾਂ। ਜ਼ੀਰੋ ਡਾਊਨ ਪੇਮੈਂਟ ਤੇ ਗੱਡੀ ਹੋ ਸਕਦੀ ਹੈ, ਸਿਬਲ ਵਧੀਆ, ਸਿਬਲ ਵਧੀਆ ਹੋਵੇ, ਕੰਮ ਕਾਰ ਵਧੀਆ ਹੋਵੇ ਤਾਂ ਉਹ ਗੱਡੀ ਜ਼ੀਰੋ ਡਾਊਨ ਪੇਮੈਂਟ ਮਤਲਬ ਜ਼ੀਰੋ, 1 ਰੁਪਿਆ ਵੀ ਨਹੀਂ। ਠੀਕ ਹੈ ਜੀ, ਬਾਕੀ ਦੀ ਗੱਡੀ ਤਾਂ ਇਹੋ ਜਿਹੀ ਆ ਵੀ ਨਾ 50,000 ਲੱਖ ਵੀ ਦੇ ਕੇ ਤੋੜ ਦਾਂਗੇ। ਅੱਛਾ, ਇਹਨਾਂ ਦੇ ਵਿੱਚੋਂ? ਬਿਲਕੁਲ ਵੀਰੇ। ਤੇ ਬਾਈ ਪਹਿਲਾਂ ਗੱਡੀ ਕਿਹੜੀ ਦਿਖਾਉਣੀ ਆ ਫੇ? ਪਹਿਲਾਂ ਤੇ ਹੌਟ ਸੇਲ ਤੋਂ ਹੀ ਸ਼ੁਰੂ ਕਰ ਲੈਨੇ ਆ ਵੀਰੇ। ਹਾਂ, ਮਹਿੰਦਰਾ ਸਕਾਰਪੀਓ ਹੈ, ਸਕਾਰਪੀਓ ਹੈ, ਇਹ ਤਾਂ ਨਵੇਂ ਲੋਗੋ ਵਾਲੀ ਆ ਬਾਈ, ਨਵੇਂ ਲੋਗੋ ਵਾਲੀ ਵੀਰੇ। ਹਾਂ ਬਿਲਕੁਲ, ਕਾਰ ਦੀ ਬਲੈਕ ਚੱਲਦੀ ਹੈ, ਸਾਲ ਦੀ ਵੇਟਿੰਗ ਹੈ, ਹਾਂ ਆਪਣੇ ਕੋਲ ਅਵੇਲੇਬਲ ਹੈ ਜੀ, ਘੱਟ ਚੱਲੀ ਹੋਈ ਕਾਰ ਹੈ, ਇਹ ਵੀ ਵੇਗੀ ਤਾਂ ਕਾਰਾਂ ਹੋਰ ਵੀ ਅਵੇਲੇਬਲ ਹੋ ਜਾਣਗੀਆਂ। ਅੱਛਾ, ਇਹ ਇਹਦੇ ਨਾਲ ਦੀਆਂ ਹਨ? ਹਾਂ, ਇਹ ਬਾਈ ਹੈਗੀ ਵੈਸੇ ਕਲਾਸਿਕ, ਇਹ ਕਲਾਸਿਕ ਹੈ ਵੀਰੇ, ਨਵੇਂ ਲੋਗੋ ਵਾਲੀ, ਸਿੰਪਲ ਨਹੀਂ ਹੈਗੀ, ਪੁਰਾਣੇ ਲੋਗੋ ਵਾਲੀ, ਵਧੀਆ ਗੱਡੀ ਆ, ਘੱਟ ਚੱਲੀ ਹੋਈ ਆ, ਅਸੀਂ ਤਕਰੀਬਨ ਪਰਸਨਲ ਯੂਜ਼ ਕਰ ਰਹੇ ਹਾਂ। ਤੇ ਹੋਰ ਗੱਲ ਇੱਕ ਵੀਰੇ, ਇਹ ਕਾਰ ਆਪਣੇ ਕੋਲ ਰੈਂਟ ਵਾਸਤੇ ਵੀ ਅਵੇਲੇਬਲ ਹੈ, ਇਹਦੇ ਨਾਲ ਦੀ ਕਿ ਇਹੀ ਇਹਦੇ ਨਾਲ ਦੀ ਉਹ ਹੋਰ ਜੇ ਪਹਿਲੀ ਡਿਮਾਂਡ ਦੱਸਣੀ ਹੋਵੇ ਜੀ, ਆਹ ਡਿਮਾਂਡ ਗੱਡੀ ਦੀ ਹੈਗੀ ਆ। ਹਾਂ, ਇਹ ਤਕਰੀਬਨ ਬਈ ਜੀ ਆਪਾਂ 20 ਲੱਖ ਰੁਪਏ ਦੀ ਕਾਰ ਦੇ ਦਾਂਗੇ, ਇਹ 20 ਲੱਖ ਰੁਪਏ ਦੀ 22 ਮਾਡਲ ਕਾਰ ਦੇ ਦਾਂਗੇ। ਦੇ ਇਹ ਤਾਂ 22 ਮਾਡਲ ਮਤਲਬ ਨਵੀਂ ਗੱਡੀ ਆ? ਹਾਂ ਬਿਲਕੁਲ ਵੀਰੇ, ਬਿਲਕੁਲ ਨਵੀਂ ਗੱਡੀ, ਘੱਟ ਚੱਲੀ ਹੋਈ, ਇਹ ਘੱਟ ਚੱਲੀ, ਲਾਈ ਵੀਲ ਵਗੈਰਾ ਸਭ ਕੁਝ ਪਹਿਲਾਂ ਹੀ ਪਏ ਹੋਏ ਨੇ ਹਨਾ। ਤੇ ਇੱਕ ਯਾਰ ਆਹਾ ਖੜੀ ਆ, ਇਹ ਤਾਂ ਵੀਰੇ ਮਿਲਦੀ ਹੀ ਨਹੀਂ, ਮਿਲਦੀ ਨਹੀਂ ਯਾਰ, ਇਹ ਤਾਂ ਕਾਲੇ ਰੰਗ ਦੀ ਐਂਡੈਵਰ ਤਾਂ ਤੁਸੀਂ ਭੁੱਲ ਜਾਓ ਵੀ ਲੋਕਲ ਨੰਬਰ ਦੀ ਅੱਜ ਦੇ ਟਾਈਮ ਮਿਲ ਜੂ, ਇਹ ਤਾਂ ਇੰਨੀ ਕੁ ਹੌਟ ਸੇਲ ਹੋਈ ਹੋਈ ਹੈ। ਇਹ ਕਾਰ ਅੱਜ ਆਈ ਹੈ ਤੇ ਸਵੇਰੇ ਆਪਾਂ ਨੂੰ 3-4 ਫੋਨ ਆ ਗਏ ਵੀ ਕਾਰ ਵਾਸਤੇ ਹਨਾ, ਇਸ ਗੱਡੀ ਵਾਸਤੇ। ਬਿਲਕੁਲ ਵੀਰੇ, ਬਈ ਇਹ ਗੱਡੀ ਯਾਰ ਲੋਕ ਭੱਜ ਭੱਜ ਪੈਂਦੇ ਕਾਹਦੋਂ ਨੇ ਇਹਨੂੰ ਵੈਸੇ,
ਇਹ ਗੱਡੀ ਚ ਵੀਰੇ ਇਹ ਆ ਵੀ ਇਹ ਗੱਡੀ ਕਹਿੰਦੇ ਆ ਵੀ ਫੋਰਚੂਨਰ ਦੇ ਬਰਾਬਰ ਦੀ ਆ ਪਰ ਅਸਲ ਚ ਫੋਰਚੂਨਰ ਦੇ ਬਰਾਬਰ ਦੀ ਇਹ ਹੈ ਨਹੀਂ ਹਾਂ ਇਹਦਾ ਘੱਟੋ ਘੱਟ ਵੀ ਜੇ ਇਹ ਸਵਾਦ ਬੰਦੇ ਨੇ ਲੈਣਾ ਤਾਂ ਮਰਸੀਡੀਜ਼ ਦੀ GL ਹੀ ਲੈਣੀ ਪੈਣੀ ਆ ਘੱਟੋ ਘੱਟ ਇਹ ਮਤਲਬ ਫੋਰਚੂਨਰ ਤੋਂ ਉਤਲੇ ਲੈਵਲ ਵਾਲੀ ਗੱਲਬਾਤ ਹੈ ਇਹ ਚ ਆਪਣਾ ਜੋ ਨਿੱਜੀ ਵਿਚਾਰ ਆ ਇਹ ਕਾਰ ਨੂੰ ਲੈ ਕੇ ਵੀ ਆਪਾਂ ਫੋਰਚੂਨਰ ਨਾਲ ਇਹਦਾ ਕੰਪੈਰੀਜ਼ਨ ਕਰਦੇ ਹੀ ਨਹੀਂ ਇਹ ਗੱਡੀ ਚ ਇੰਨੇ ਫੀਚਰ ਹੋਰ ਮਤਲਬ ਗੱਡੀ ਦਾ ਚਲਾਵਾ ਗੱਡੀ ਚ ਕੰਫਰਟ ਹੈ ਸਸਪੈਂਸ਼ਨ ਇੰਨੀ ਮਤਲਬ ਤਾਂ ਵਾਲੇ ਲੈਵਲ ਦੀ ਹੈ ਵੀ ਮਰਸੀਡੀਜ਼ ਲੈਣੀ ਪਊਗਾ ਸਵਾਦ ਵਾਸਤੇ ਤਾਂ ਲੋਕ ਜ਼ਿਆਦਾ ਲਾਈਕ ਕਰਦੇ ਆ ਕੀ ਘੱਟ ਬਜਟ ਦੇ ਵਿੱਚ ਪੂਰਾ ਹੋ ਜਾਂਦਾ ਹੋ ਜਾਂਦਾ ਬਾਈ ਜੀ ਤੇ ਵੈਸੇ ਬਾਈ ਇਹ ਮਾਡਲ ਕਿਹੜਾ ਆ ਇਹ 2021 ਮਾਡਲ ਬਾਈ ਜੀ ਇਹ 2021 ਮਾਡਲ ਆ 1.5 ਸਾਲ ਪੁਰਾਣੀ ਕਾਰ ਹੈ 40-45,000 ਦੇ ਆਸ ਪਾਸ ਚੱਲੀ ਹੋਈ ਹੈ ਫਸਟ ਓਨਰ ਗੱਡੀ ਹੈ ਲੋਕਲ ਚੰਡੀਗੜ੍ਹ ਦਾ ਨੰਬਰ ਹੈ ਚੰਡੀਗੜ੍ਹ ਨੰਬਰ ਆ ਹਨਾ ਬਿਲਕੁਲ ਤੇ ਬਾਈ ਫਿਰ ਇਹਦੀ ਡਿਮਾਂਡ ਕਿੰਨੀ ਆ ਇਹ ਤਕਰੀਬਨ ਬਾਈ ਜੀ ਆਪਾਂ 37 ਲੱਖ ਰੁਪਏ ਦੀ ਕਾਰ ਦੇ ਦਾਂਗੇ 37 ਲੱਖ ਰੁਪਏ ਦੀ ਕਾਰ ਹੈਗੀ ਚਲੋ ਸ਼ੌਂਕ ਹੈਗਾ ਪਰ ਥੋੜਾ ਮਹਿੰਗੀ ਵਾਲਾ ਆ ਬਿਲਕੁਲ ਵੀਰੇ ਇਹ ਤਾਂ ਰੇਟ ਦਾ ਤਾਂ ਇਹ ਕਾਰਾਂ ਦਾ ਕੋਈ ਪੁੱਛਦਾ ਹੀ ਨਹੀਂ ਇਹ ਤਾਂ ਕਾਰਾਂ ਪਹਿਲੀ ਗੱਲ ਬਾਈ ਜੀ ਮਿਲਦੀਆਂ ਹੀ ਨਹੀਂ ਜਦੋਂ ਦੀ ਕੰਪਨੀ ਬੰਦ ਹੋਈ ਹੈ ਜਿਨ੍ਹਾਂ ਕੋਲ ਹੈਗੀਆਂ ਉਹ ਵੇਚਦੇ ਹੀ ਨਹੀਂ ਅਗਲਾ ਵੀ ਨਵੀਂ ਤਾਂ ਮਿਲਣੀ ਨਹੀਂ ਪੁਰਾਣੀ ਕਾਹਦੇ ਲਈ ਵੇਚਣੀ ਆ ਹਾਂ ਇਹ ਤਾਂ ਕਰਕੇ ਆ ਹਨਾ ਬਿਲਕੁਲ ਵੀਰੇ ਬਿਲਕੁਲ ਇਹ ਮਿਲਦੀ ਵੀ ਸਾਨੂੰ ਵੀ ਮਹਿੰਗੀ ਉਹ ਮਿਲਦੀ ਆ ਇਹ ਗੱਲ ਤੋਂ ਮਹਿੰਗੀ ਲੈਣੀ ਪੈਂਦੀ ਹੈ ਤੇ ਮਹਿੰਗੀ ਉਹ ਵਿਕਦੀ ਆ ਇਹ ਸੋਨਾ ਹਾਂ ਸੋਨਾ ਬਾਈ ਜੀ ਜਿੰਨੇ ਦੀ ਨਵੀਂ ਸੀ ਉਹਨੇ ਦੀ ਉਹ ਵਿਕ ਰਹੀ ਆ ਇਸ ਟਾਈਮ ਦੀ ਕੋਈ 1-2 ਲੱਖ ਘਟਿਆ 40-1 ਲੱਖ ਦੀ ਨਵੀਂ ਸੀ ਉਹ ਟਾਈਮ ਤੇ ਹਲੇ ਤੱਕ ਬਾਈ ਇੰਨੀ ਮਹਿੰਗੀ ਗੱਡੀ ਆ ਤੇ ਬਾਕੀ ਇਹ ਤੇ ਲੋਨ ਅਵੇਲੇਬਲ ਹੈਗਾ ਵਾ ਸਾਰੀਆਂ ਤੇ ਬਾਈ ਕਹਿਣ ਦੀ ਲੋੜ ਨਹੀਂ ਹਨਾ ਲੋਨ ਦੀ ਤਾਂ ਕੋਈ ਗੱਲ ਹੀ ਨਹੀਂ ਬਾਈ ਜੀ ਹਾਂ ਤੇ ਹੋਰ ਬਾਈ ਫਿਰ ਕਿਹੜੀ ਗੱਡੀ ਇਸ ਤੋਂ ਬਾਅਦ ਦਿਖਾਉਣੀ ਆ ਇਹ ਬਾਈ ਜੀ ਵਰਨਾ ਵਰਨਾ 2018 ਮਾਡਲ ਦੀ ਕਾਰ ਹੈ ਫਸਟ ਓਨਰ ਕਾਰ ਹੈ 30,000 ਚੱਲੀ ਹੋਈ ਹੈ ਸਿਰਫ ਇਹ ਮੁੰਡਿਆਂ ਵਾਲੀ ਗੱਡੀ ਹੈ ਮੁੰਡਿਆਂ ਵਾਲੀ ਗੱਡੀ ਹੈ ਸਨਰੂਫ ਹੈ ਮੈਨੂਅਲ ਹੈ ਵੈਂਟੀਲੇਟਡ ਸੀਟਾਂ ਨੇ ਪੂਰੇ ਫੀਚਰ ਲੋਡ ਨੇ ਕਾਰ 'ਚ ਇਹ ਸਿਰਫ ਆਪਾਂ 9,90,000 ਰੁਪਏ ਦੀ ਕਾਰ ਦੇ ਦਾਂਗੇ 18 ਮਾਡਲ ਕਾਰ ਆ ਟੌਪ ਐਂਡ ਮਾਡਲ ਵੀਰੇ ਸਨਰੂਫ ਵਾਲੀ ਵੈਂਟੀਲੇਟਰ ਸੀਟਾਂ ਵਾਲੇ ਤੇ ਜ਼ਿੰਮੇਵਾਰੀ ਬਾਈ ਕਿਹੜੀ ਚੀਜ਼ ਦੀ ਚੱਕ ਰਹੇ ਹੋ ਉਹ ਬਈ ਆਪਣੀ ਸਾਰੀ ਜ਼ਿੰਮੇਵਾਰੀ ਆ ਤਕਰੀਬਨ ਆਪਾਂ 6 ਮਹੀਨਿਆਂ ਦੀ ਗਾਰੰਟੀ ਦਿੰਨੇ ਆ ਜੀ ਇੰਜਨ ਦੀ ਗੇਅਰ ਦੀ ਮੇਜਰ ਐਕਸੀਡੈਂਟ ਨਹੀਂ ਹੋਊ ਆਪਣੀ ਕਾਰ ਕੋਈ ਪੀਸ ਚੇਂਜ ਨਹੀਂ ਹੋਊ ਸਾਰੇ ਪੀਸ ਨਾਲ ਦੇ ਹੋਣਗੇ ਇਹ ਚੀਜ਼ਾਂ ਦੀ ਆਪਣੀ ਤਕਰੀਬਨ ਇੰਜਨ ਗੇਅਰ ਦੀ 6 ਮਹੀਨਿਆਂ ਦੀ ਗਾਰੰਟੀ ਹੁੰਦੀ ਆ ਇਹ ਹੈਗੀ ਆ ਹਨਾ ਬਿਲਕੁਲ ਯਾਰ ਵੈਸੇ ਤੁਹਾਡੇ ਕੋਲ ਗਿਣਵੇਂ ਚੁਣਵੇਂ ਜੀ ਗੱਡੀਆਂ ਕਾਹਤੋਂ ਖੜੀਆਂ ਨੇ ਨਹੀਂ ਤਾਂ ਕਈ ਵਾਰੀ ਬੰਦੇ ਨੇ ਵਾਵਾ ਰਸ਼ ਪਾ ਰੱਖਿਆ ਹੁੰਦਾ ਬਈ ਰਸ਼ ਵਾਲਾ ਕੰਮ ਨਹੀਂ ਵੀਰੇ ਰਸ਼ ਨਾਲੋਂ ਜ਼ਿਆਦਾ ਰਸ਼ ਪਾ ਕੇ ਬਾਅਦ 'ਚ ਫਿਰ ਲੋਕ ਗਾਲਾਂ ਖਾਂਦੇ ਆ ਮੈਡਲ ਪਾਉਂਦੇ ਆ ਲੋਕ ਹਨਾ ਉਹਦੇ ਨਾਲੋਂ ਪਹਿਲਾਂ ਹੀ ਕੁਆਲਿਟੀ ਵਾਲਾ ਕੰਮ ਕਰ ਲਓ ਕੁਆਂਟੀਟੀ ਨਾਲੋਂ ਉਹ 'ਚ ਨਾਲੇ ਕਹਿ ਲਓ ਵੀ ਇੱਕ ਆਪਣੇ ਆਪ ਨੂੰ ਵੀ ਸੰਤੁਸ਼ਟੀ ਹੈ ਵੀ ਯਾਰ ਹਾਂ ਅੱਜ ਅਸੀਂ ਕਿਸੇ ਨੂੰ ਸਹੀ ਚੀਜ਼ ਦੇ ਕੇ ਆਏ ਹਾਂ ਹੁਣ ਜਿਹੜੇ ਗੰਦ ਵੇਚਦੇ ਆ ਕੂੜਾ ਵੇਚਦੇ ਆ ਉਹਨਾਂ ਰਾਤ ਨੂੰ ਨੀਂਦ ਥੋੜ੍ਹੀ ਆਉਂਦੀ ਹੋਊ ਬਈ ਕੋਈ ਮੇਰੇ ਵਰਗਾ ਰਾਹ 'ਚ ਖੜ ਗਿਆ ਲਾ ਲਓ ਰਾਤ ਨੂੰ ਅਗਲਾ ਗਾਲਾਂ ਹੀ ਕੱਢਦਾ ਫਿਰ ਜਿਹਨੇ 10 ਲੱਖ ਖਰਚੇ ਆ ਸੱਚੀ ਤਾਂ ਚੇਤੇ ਆ ਗਿਆ ਬਈ ਕਿ ਆਪਣੇ ਕੋਲ ਸੈਲਫ ਡਰਾਈਵ ਤੇ ਗੱਡੀਆਂ ਅਵੇਲੇਬਲ ਹੁੰਦੀਆਂ ਨੇ ਕਿਹਨਾਂ ਵਾਸਤੇ ਇਹ ਵੀ ਦੱਸ ਦਿਓ ਸੈਲਫ ਡਰਾਈਵ ਤੇ ਵੀਰੇ ਤਕਰੀਬਨ ਆਪਣੇ ਕੋਲ ਹਰੇਕ ਆ ਰਹੀ ਅਵੇਲੇਬਲ ਹੈ ਫੋਰਚੂਨਰ ਤੋਂ ਲੈ ਕੇ ਨਵੀਂ ਤੋਂ ਪੁਰਾਣੀ ਤੱਕ ਸਕੋਰਪੀਓ ਅਨੋਵਾ 18 ਸਵਿਫਟਾਂ ਪਰ ਆਪਣੀ ਸ਼ਰਤ ਇੱਕੋ ਇੱਕ ਹੈ ਆਪਾਂ ਦਿੰਦੇ ਸਿਰਫ ਕਾਰਾਂ NRI ਆ ਭਰਾਵਾਂ ਨੂੰ ਉਹ ਕਾਹਤੋਂ ਉਹ ਬਸ ਵੀਰੇ ਵੀ ਉਹ ਕਾਰ ਆਪਣੀ ਸਮਝ ਕੇ ਚਲਾਉਂਦੇ ਆ ਯਾਰ ਠੀਕ ਆ ਆਪਾਂ ਹੁਣ ਲਾ ਲਓ ਵੀ ਜਿਵੇਂ 20-20 ਲੱਖ ਰੁਪਏ ਖਰਚਿਆ ਫੋਰਚੂਨਰ ਵੀਰੇ 50 ਲੱਖ ਰੁਪਏ ਦੀ ਆ ਯਾਰ ਆਪਾਂ ਤੜਵਾਉਣ ਨੂੰ ਤਾਂ ਨਹੀਂ ਖਰਚਿਆ ਨਾ ਹਾਂ ਆਪਾਂ ਨੂੰ ਇਹੀ ਆ ਵੀ ਯਾਰ ਅਗਲਾ ਕਾਰ ਲੈ ਕੇ ਜਾਵੇ ਆਪਣੀ ਲੋਡ ਪੂਰੀ ਕਰੇ ਤੇ ਜਿਵੇਂ ਅਗਲੇ ਨੂੰ ਦਿੱਤੀ ਉਵੇਂ ਖੜਾ ਜਾਵੇ ਹਾਂ ਇੱਥੇ ਵਾਲੇ ਬੰਦੇ ਯਾਰ ਥੋੜੀ ਘੱਟ ਕੇਅਰ ਕਰਦੇ ਆਪਣੀ ਸਮਝ ਕੇ ਨਹੀਂ ਚਲਾਉਂਦੇ ਠੀਕ ਆ ਇਹ ਇੱਕ ਤਾਂ ਇਹ ਮੁੱਖ ਕਾਰਨ ਹੈ ਬਸ ਵੀ ਸਿਰਫ ਕਾਰ ਸੰਪਰਕ ਜਿਹੜਾ ਸੈਲਫ ਡਰਾਈਵ ਵਾਲਾ ਉਹ ਤਾਂ ਉਹੀ ਭਰਾ ਕਰੇ ਜਿਹੜਾ NRI ਆ ਇੱਥੇ ਵਾਲਾ ਦਾ ਭਰਾ ਹਾਥੀ ਬੰਨੇ ਹੋਇਆ ਸਾਡੇ 1-2 ਵਾਰ ਵੀ ਨੁਕਸਾਨ ਇੰਨੇ ਤਗੜੇ ਹੋ ਗਏ ਅਸੀਂ ਕਹਿ ਨਹੀਂ ਸਕਦੇ ਯਾਰ ਬਸ ਅੱਛਾ ਐ ਹੋ ਗਿਆ ਹੈ ਨਾ ਹੋ ਚੁੱਕਿਆ ਬਈ ਹੱਥ ਲੱਗਿਆ ਤਾਂ ਹੀ ਹਟੇ ਆਪਾਂ ਤੇ ਫਿਰ ਬਈ ਇਹ ਕਾਹਾ ਖੜੀ ਹੈ ਸਪੋਰਟਸ ਹਾਂ ਇਹ ਬਈ ਜੀ ਆਪਣੇ ਕੋਲ ਤਕਰੀਬਨ BMW ਦੀਆਂ ਇਸ ਟਾਈਮ 4 ਕਾਰਾਂ ਖੜੀਆਂ ਨੇ ਜੀ ਤੇ ਉਹਨਾਂ ਚੋਂ ਇੱਕ ਆ ਇਹ 320 ਹੈ ਜੀ 2013 ਮਾਡਲ ਇਹ ਸਪੋਰਟਸ ਐਡੀਸ਼ਨ ਆ ਵੀਰੇ ਇਹਦੇ ਚ ਇੱਕ ਤਾਂ ਗੇਅਰ ਸਪੋਰਟਸ ਪਲੱਸ ਐਕਸਟਰਾ ਆਉਂਦਾ ਅੱਛਾ ਤੇ ਪਲੱਸ ਇਹਦਾ ਇੰਟੀਰੀਅਰ ਆ ਜਿਹੜਾ ਉਹ ਦੂਜੀਆਂ ਨਾਲੋਂ ਸਾਰੀਆਂ ਨਾਲੋਂ ਅਲੱਗ ਆ ਜਿਵੇਂ ਜੈੱਟ ਬਲੈਕ ਇੰਟੀਰੀਅਰ ਹੈ ਇਹਦਾ ਸਾਰਾ ਬਿਲਕੁਲ ਵੀਰੇ ਜੈੱਟ ਬਲੈਕ ਵਿਦ ਰੈੱਡ ਕੰਬੀਨੇਸ਼ਨ ਅੱਛਾ ਇਹ ਕਾਰ ਮੈਂ ਕਹਿੰਦਾ ਵੀ ਭਜਾਈ ਚ ਵੀਰੇ 5 ਸੀਰੀਜ਼ ਨੂੰ ਵੀ ਪਿੱਛੇ ਛੱਡ ਦੂ 520 ਨਾਲ ਇਹਦੇ ਗੱਡੀ ਦੇ ਰਲੂਗੀ ਨਹੀਂ ਵੀ 3 ਸੀਰੀਜ਼ ਆ ਉਹ ਗੱਡੀ ਆ ਹਨਾ ਹਾਂ ਉਹ ਗੱਡੀ ਤੇ ਯਾਰ ਇਹ ਪਸੰਦ ਕਿਹਨਾਂ ਨੂੰ ਆਉਂਦੀ ਆ ਬਹੁਤੀ ਇਹ ਗੱਡੀ ਜਿਹੜੀ ਆ ਇਹ ਆਪਣੇ ਵਰਗੇ ਭਰਾਵਾਂ ਨੂੰ ਵੀਰੇ ਇਹ ਗੱਡੀ ਦਾ ਵੀਰੇ ਇੱਕ ਗਰੰਟਡ ਇਹ ਚੀਜ਼ ਵੀ ਆ ਵੀ ਖਰਚਾ ਵਰਨਾ ਜਿੰਨਾ ਹੀ ਆ ਇਹਦਾ ਹਾਂ ਐਵਰੇਜ ਇਹ 15-16 ਦੀ ਐਵਰੇਜ ਮਿਨੀਮਮ ਕਰਦੀ ਆ
ਇਹ ਗੱਡੀ ਨਾ ਆਟੋ ਹੋਣ ਦੇ ਬਾਵਜੂਦ ਵੀ ਹਾਈਵੇ ਤੇ 15 ਦੀ ਐਵਰੇਜ ਤੋਂ ਘੱਟ ਐਵਰੇਜ ਦੇ ਦੇਵੇ ਇਹ ਆਪਾਂ ਜ਼ਿੰਮੇਵਾਰ ਆ ਜੇ ਇਹਨੂੰ ਢੰਗ ਨਾਲ ਚਲਾਉਂਗੇ ਕਾਰ ਨੂੰ ਆਹਾ ਇੰਜਨ ਵੱਡਾ ਨਹੀਂ ਹੈਗਾ ਇੰਜਨ ਛੋਟਾ ਹੀ ਆ ਬਸ ਗੇਅਰ ਐਕਸਟਰਾ ਠੀਕ ਆ ਕਿ ਉਹ ਸਵਾਦ ਦਿੰਦਾ ਹੈ ਹਾਂ ਉਹ ਗੇਅਰ ਸਵਾਦ ਦਿੰਦਾ ਵੀ ਇਹ ਸਵਾਦ ਪੈਂਦਾ ਕਿੰਨੇ ਕਿ ਚ ਆ ਫਿਰ ਬੰਦੇ ਨੂੰ ਇਹ ਸਵਾਦ ਤਕਰੀਬਨ ਬਈ ਜੀ 11 ਲੱਖ ਰੁਪਏ ਚ ਪੈ ਜੂ ਇਹ 11 ਲੱਖ ਚ ਪੈ ਜੂ ਜਦੋਂ ਇਹ ਨਵਾਂ ਕਢਾਉਣਾ ਪੈ ਜੇ ਉਦੋਂ ਉਦੋਂ ਤਾਂ ਬਈ ਜੀ ਫਿਰ 80-90 ਲੱਖ ਨੂੰ ਹੱਥ ਲਾਇਆ ਜਾਂਦਾ ਹੈ ਉਹ ਟਾਈਮ ਤਕਰੀਬਨ 55 ਲੱਖ ਕੀਮਤ ਸੀ ਇਹਦੀ ਇਹਦੀ ਹਾਂ ਹੁਣ ਤਕਰੀਬਨ ਵੀ ਲਾ ਲਓ ਵੀ 70-75 ਲੱਖ ਦੀ ਤਾਂ ਮਿਨੀਮਮ ਦੂਜਾ ਮਾਡਲ ਆਉਂਦੀ ਆ ਕਿ 11 ਲੱਖ ਰੁਪਏ ਦੀ ਇਹ ਮਿਲ ਜੀ ਬਿਲਕੁਲ ਬਈ ਜੀ ਜੇ ਆਪਣੇ ਕੋਲ ਹੋਰ ਗੱਲ ਹੈ ਵੀ ਇੱਕ ਲਗਜ਼ਰੀ ਕਾਰਾਂ ਸਿਰਫ ਹੋ ਗਈ ਨੇ ਜਿਹੜੀਆਂ ਆਪਣੇ ਕੋਲ ਲੱਖ ਤੋਂ ਘੱਟ ਚੱਲੀਆਂ ਹੋਈਆਂ ਨੇ ਅੱਛਾ ਲਗਜ਼ਰੀ ਗੱਡੀ ਕੋਈ ਵੀ ਹੋਊਗੀ ਆਪਾਂ ਲੱਖ ਚੱਲੀ ਨਹੀਂ ਲੈਂਦੇ ਜੀ ਕੋਈ ਗੱਡੀ ਹੋ ਮੈਕਸਿਮਮ ਟੂ ਮੈਕਸਿਮਮ 70,000-75,000 ਤੇ ਵਿਦ ਕੰਪਨੀ ਰਿਕਾਰਡ ਸਰਵਿਸ ਰਿਕਾਰਡ ਦੇ ਨਾਲ ਹਰੇਕ ਕਾਰ ਚਾਹੇ ਗੱਡੀ 12 ਮਾਡਲ ਆ ਚਾਹੇ 13 ਮਾਡਲ ਆ ਚਾਹੇ 14 ਚਾਹੇ 20 ਮਾਡਲ ਆ ਗੱਡੀ ਆਪਣੇ ਕੋਲ ਹਰੇਕ ਕੰਪਨੀ ਰਿਕਾਰਡ ਨਾਲ ਲੈ ਵੀ ਇਹ ਵੀ ਕੰਮ ਹੋ ਗਿਆ ਹਨਾ ਤੇ ਬਾਈ ਫਿਰ ਇੱਕ ਆਹਾ ਖੜੀ ਹੈ ਟੋਯੋਟਾ ਟੋਇਟਾ ਜੀ ਇਹ ਹਾਈਬ੍ਰਿਡ ਆ ਵੀਰੇ ਕਾਰ ਅੱਛਾ ਇਹਦੀ ਐਵਰੇਜ ਬੰਬੀ ਹੈ ਐਵਰੇਜ ਬਹੁਤ ਹੈ ਇਹ ਕਾਰ ਦੀ ਨਾ ਘੱਟ ਖਰਚਾ ਜਿਵੇਂ ਕਿਹੜੇ ਪੈਟਰੋਲ ਦੇ ਚਾਲਕਾ ਜਿਹੜੇ ਪੈਟਰੋਲ ਗੱਡੀਆਂ ਪਸੰਦ ਕਰਦੇ ਆ ਉਹਨਾਂ ਨੂੰ ਤਾਂ ਕਾਰ ਇਹ ਲੱਭਿਆ ਨਹੀਂ ਲੱਭਦੀ ਇਹਦੇ ਵਿੱਚ ਇਹੋ ਜਿਹਾ ਕੀ ਹੀਲਾ ਕੀ ਲਾਤਾ ਕਿ ਕਿੰਨੀ ਕਰ ਦੂ ਐਵਰੇਜ ਤਾਂ ਬੈਂਟਰੀਆਂ ਤੇ ਚੱਲਦੀ ਆ 40 ਦੀ ਸਪੀਡ ਤੋਂ ਥੱਲੇ ਹੋ ਜਦੋਂ ਮਤਲਬ ਲਾ ਲਓ ਵੀ ਤੁਸੀਂ ਜੇ ਸ਼ਹਿਰ ਚ ਘੁੰਮ ਰਹੇ ਹੋ ਤਾਂ ਫ੍ਰੀ ਘੁੰਮ ਰਹੇ ਹੋ ਅੱਛਾ ਤੇਲ ਪੀਂਦੀ ਨਹੀਂ ਪੀਂਦੀ ਹੋਈ ਨਹੀਂ ਹਾਂ ਉਹ ਫ੍ਰੀ ਘੁੰਮ ਰਹੇ ਹੋ ਸ਼ਹਿਰ ਚ ਤੁਸੀਂ ਚਾਹੇ 10 ਕਿਲੋਮੀਟਰ ਘੁੰਮ ਲਓ ਇਹਨੇ ਆਪਣੇ ਆ ਬੈਟਰੀ ਚਾਰਜ ਕਰਕੇ ਚੱਲੀ ਜਾਣਾ ਅੱਛਾ ਜਦੋਂ 40 ਦੀ ਸਪੀਡ ਤੋਂ ਘੱਟ ਹੋ ਇਹ ਉਹ ਆ ਇਹ ਬਈ ਜੀ 2015 ਮਾਡਲ ਕਾਰ ਆ ਪਹਿਲੇ ਨਾਮ ਆ ਲੋਕਲ ਨੰਬਰ ਆ ਸਿਰਫ ਆਪਾਂ 14,80,000 ਰੁਪਏ ਦੇਣਾ 14,80,000 ਦੀ ਤਕਰੀਬਨ ਬਈ ਜੀ 40 ਲੱਖ ਰੁਪਏ ਦੀ ਕਾਰ ਨਵੀਂ ਆ ਇਹ ਹਾਂ ਤੇ ਇਹ ਚ ਤਾਂ ਗਰੰਟੀ ਦੇਣ ਵਾਲੀ ਕੋਈ ਚੀਜ਼ ਹੀ ਨਹੀਂ ਨਾ ਮਾਰਕਾ ਹੀ ਟੋਇਟਾ ਦਾ ਹਾਂ ਇਹ ਚ ਤਾਂ ਕੋਈ ਗਰੰਟੀ ਦੇਣ ਵਾਲੇ ਆਪਾਂ ਕੌਣ ਆ ਕੰਪਨੀ ਐਡੀ ਕੰਪਨੀ ਉਹ ਵਾਲੀ ਦੇ ਦਿੱਤੀ ਹਨਾ ਤੇ ਯਾਰ ਜਿਹੜੀ ਇਹ ਆ ਇਹ ਵੱਡੀ ਗੱਡੀ ਆ ਨਾ ਜਿਵੇਂ ਸਡਾਨ ਆ ਵੀਰੇ ਇਹ ਬੀਮਰ ਵਾਲਾ ਸਵਾਦ ਦਿੰਦੀ ਆ ਅੱਛਾ ਇਹ ਦਿੰਦੀ ਆ ਹਨਾ ਬਿਲਕੁਲ ਵੀਰੇ ਤੇ ਫਿਰ ਬਈ ਆਹਾ ਆ ਇਹ ਆਡੀ ਆ ਵੀਰੇ Q7 ਜਿਹੜੇ ਭਰਾ ਜਿਵੇਂ ਕਹਿ ਲਓ ਵੀ ਪੁਰਾਣੀ 6 ਫੋਰਚੂਨਰ ਲੱਭਦੇ ਆ ਵੀ ਪੁਰਾਣੀ 6 ਫੋਰਚੂਨਰ ਲੈ ਲਈਏ ਅਸੀਂ ਸ਼ੌਂਕ ਪੂਰਾ ਕਰ ਲਈਏ ਉਹਨਾਂ ਵਾਸਤੇ ਇਹ ਚੰਗੀ ਚੀਜ਼ ਹੈ ਇਹ ਉਸ ਬਜਟ ਦੇ ਵਿੱਚ ਪੈਸਿਆਂ ਚ ਉਹਨਾਂ ਕੀ ਮਾਡਲ 14 ਮਾਡਲ ਆਪਾਂ ਫੋਰਚੂਨਰ ਲੈਣ ਜਾਈਏ ਮਾਰਕੀਟ 'ਚ ਤਕਰੀਬਨ 13-14 ਲੱਖ ਤੋਂ ਥੱਲੇ ਨਹੀਂ ਆਉਂਦੀ ਚੰਗੀ ਕਾਰ ਇਹ 14 ਮਾਡਲ ਗੱਡੀ ਆ ਤੇ ਅੱਗੋਂ ਲੈ ਕੇ ਪਿੱਛੇ ਡਿੱਗੀ ਵਾਲੀਆਂ ਸੀਟਾਂ ਤੱਕ ਛੱਤ ਪਾਟੀ ਹੋਈ ਆ ਸਨਰੂਫ ਹੀ ਆ ਸਨਰੂਫ ਆ ਹਾਂ 6 ਸੀਟਰ ਗੱਡੀ ਆ ਅਗਲੀਆਂ ਸੀਟਾਂ ਤਾਂ ਪਾਇਲਟ ਹੈਗੀਆਂ ਹੀ ਨੇ ਗੱਬੇ ਵਾਲੀਆਂ ਸੀਟਾਂ ਵੀ ਪਾਇਲਟ ਨੇ ਸਕੋਰਪੀਓ ਵਾਂਗ ਜਿਵੇਂ ਸਕੋਰਪੀਓ ਦੇ ਵਿੱਚ ਹੁੰਦੀਆਂ ਸੀ ਇਹਦੇ ਵਿੱਚ ਬਸ ਵੀ ਗੱਬੇ ਪਾਰਟੀਸ਼ਨ ਆ ਰੈਕ ਲੱਗਿਆ ਹੋਇਆ ਉਹ ਚ ਫੀਚਰ ਫੂਚਰ ਜੇ ਆ ਕਾਫੀ ਜ਼ਿਆਦਾ ਮਤਲਬ ਹਨਾ ਅੱਛਾ ਗੱਡੀ ਫੀਚਰਾਂ ਨਾਲ ਲੋਡ ਆ ਪੂਰੀ ਇਹ ਗੱਡੀ ਆਪਾਂ ਤੇ ਸਿਰਫ 11,80,000 ਰੁਪਏ ਦੀ ਦੇ ਦਾਂਗੇ 2014 ਮਾਡਲ 2014 ਮਾਡਲ ਇਹ ਗੱਡੀ ਦੀ ਵੀ ਆਪਣੀ ਗਰੰਟੀ ਆ ਤੇ ਰੇਟ ਦੀ ਵੀ ਰੇਟ ਇੱਕ ਵਾਰ ਤੁਸੀਂ 14 ਮਾਡਲ ਆਡੀ Q7 ਦਾ OLX ਤੇ ਆ ਕਿਤੇ ਵੀ ABC ਜਗ੍ਹਾ ਫੋਲ ਕੇ ਦੇਖੋ ਕਿੰਨਾ ਕਹੂਗਾ ਅੰਦਾਜ਼ਾ ਪਹਿਲੇ ਹੀ ਦੱਸ ਦਿੰਦੇ ਯਾਰ ਅਗਲਾ ਲੱਭਣ ਵਾਲਾ ਕੰਮ ਕਰੇ 18-18 ਲੱਖ ਮੰਗੀ ਜਾਂਦਾ 18-18 ਲੱਖ ਰੁਪਇਆ ਆਪਾਂ ਸਿੱਧਾ ਹੀ ਉਹਨਾਂ ਨਾਲੋਂ 5-6 ਲੱਖ ਰੁਪਇਆ ਡਾਊਨ ਕਰਤਾ ਡਾਊਨ ਕਰਤਾ ਹੁਣ ਇਹ ਚ ਜਾਨੀ ਕਿ ਵੀ ਇਹ ਚੀਜ਼ ਆ ਪਰ 5000 ਦੀ ਵੀ ਕਿੰਦੇ ਐਸ਼ ਨੇ ਆਪਣੇ ਕੋਲ ਤੁੱਕੇ ਵਾਲਾ ਕੰਮ ਨਹੀਂ ਵੀ 15 ਮੰਗ ਲਓ ਜਿੱਥੇ ਤੁੱਕਾ ਲੋਟ ਆ ਗਿਆ ਦੇ ਦਾਂਗੇ ਆਪਾਂ ਪਹਿਲਾਂ ਹੀ ਇੱਕੋ ਰੇਟ ਜੇ ਫਿਕਸ ਜੀ ਰੱਖੇ ਹੋਇਆ ਵੀ ਯਾਰ ਇੰਨੇ ਕਿ ਦੀ ਕਾਰ ਦੇਣੀ ਆ ਬਸ ਇੰਨੇ ਕਿ ਨਾਲ ਆਪਣਾ ਖਰਚਾ ਚੱਲੀ ਫੁਲਕਾ ਚੱਲ ਪੈਣਾ ਚੱਲੀ ਜਾਂਦਾ ਭਾਈ ਹੈ ਤੇ ਫਿਰ ਭਾਈ ਆਹ ਆਇਆ ਹੈ ਇਹ ਵੀਰੇ 3 ਸੀਰੀਜ਼ ਨਿਊ ਸ਼ੇਪ ਦੀ ਆ ਜਿਹੜੀ ਪਹਿਲਾਂ ਦਿਖਾਈ ਆ ਉਹਦੇ ਨਾਲ ਦੀ ਆ ਬਸ ਇਹ ਜਾਨੀ ਕਿ ਵੀ ਉਹ ਸਪੋਰਟਸ ਮਾਡਲ ਸੀ ਇਹ ਸਿੰਪਲ ਹੈ ਕਾਲੇ ਰੰਗ ਦੀ ਲੁਧਿਆਣੇ ਦਾ ਨੰਬਰ ਆ ਕਾਰ ਪਹਿਲੇ ਨਾਮ ਆ ਇਹ ਗੱਡੀ ਸਿਰਫ ਤੇ ਸਿਰਫ ਆਪਾਂ 7,80,000 ਦੀ ਦੇ ਦਾਂ ਇਹ 7,80,000 ਲੁਧਿਆਣੇ ਦਾ ਨੰਬਰ ਪਹਿਲੇ ਨਾਮ ਕਾਰ ਅੱਛਾ ਕਰੀਮ ਇੰਟੀਰੀਅਰ ਵਾਲੀ ਤੇ ਬਈ ਇਹ ਗੱਡੀ ਦੀ ਜੇ ਆਪਾਂ ਉਹਦੇ ਮੁਤਾਬਕ ਆਪਾਂ ਸ਼ਿਫਟ ਕਰਨੀ ਹੋਵੇ ਯਾਰ ਇਹ ਉਹਦੇ ਨਾਲੋਂ ਜਾਂ ਬਾਕੀਆਂ ਨਾਲੋਂ ਆ ਤਾਂ ਵੱਖਰੀ ਆ ਗੱਡੀ ਵਧੀਆ ਵੀਰੇ ਬਸ ਕਹਿ ਲਓ ਵੀ ਜਿਵੇਂ ਹੁਣ ਇੱਕ ਸਵਿਫਟ ਦਾ ZDI ਮਾਡਲ ਥੋੜਾ ਮਹਿੰਗਾ LDI ਸਸਤਾ ਉਹ ਚੀਜ਼ ਆ ਬਸ ਬਾਕੀ ਬਾਡੀ ਸੇਮ ਆ ਸਭ ਕੁਝ ਸੇਮ ਆ ਬਸ ਜਿਵੇਂ ਉਹਨਾਂ ਚ ਮਾੜੇ ਮੋਟੇ ਫੀਚਰਾਂ ਦਾ ਫਰਕ ਹੁੰਦਾ ਅੱਛਾ ਇੰਜਨ ਵੀ ਸੇਮ ਆ ਉਹਦੇ ਨਾਲ ਦਾ ਬਸ ਇੱਕ ਸਪੋਰਟਸ ਪਲੱਸ ਗੇਅਰ ਨਹੀਂ ਇਹ ਚ 3 ਗੇਅਰ ਆ ਉਹ ਚ 4 ਆ ਜਿਵੇਂ ਉਹ ਚ ਛੋਟਾ ਗੇਅਰ ਦਿੱਤਿਆ ਹੋਇਆ ਇਹ ਚ ਛੋਟਾ ਗੇਅਰ ਆ ਇਹ ਚ ਛੋਟਾ ਗੇਅਰ ਹੈ ਨਹੀਂ ਠੀਕ ਆ ਬਸ ਆਪਾਂ ਇਹ ਕਹਿ ਸਕਦੇ ਸਿੱਧੀ ਪੰਜਾਬੀ ਦੇ ਵਿੱਚ ਹੈ ਨਾ ਮਤਲਬ ਆ ਵੀ ਗੱਡੀ ਤੁਸੀਂ ਦੇਖ ਲਈ ਨਾਲ ਦੇ ਨਾਲ ਇੰਟੀਰੀਅਰ ਤੇ ਸ਼ਾਰਟ ਛੂਟ ਸਾਡੇ ਵਿੱਕੀ ਨੇ ਆਪੇ ਲਾ ਦੇਣੇ ਆ ਇਹ ਉਹ ਦਿਖਾ ਦੂ ਤੇ ਬਾਈ ਫਿਰ ਇਹਨਾਂ ਦੇ ਵਿੱਚੋਂ ਪਹਿਲਾਂ ਕਿਹੜੀ ਦਿਖਾਉਣੀ ਆ ਹੈ ਇਹ ਦਿਖਾਉਣੀ ਆ ਆਪਣੇ ਪੰਜਾਬੀ ਭਰਾਵਾਂ ਦੀ ਪਸੰਦ ਹਾਂ
ਵੈਸੇ ਤਾਂ ਬਈ ਇਹ ਫੋਰਚੂਨਰ ਵੀਰੇ ਤਕਰੀਬਨ ਦੋ ਆਪਣੇ ਕੋਲ ਹੋਰ ਹੈ ਹਾਂ ਫੋਰਚੂਨਰ ਆਪਣੇ ਕੋਲ ਤਕਰੀਬਨ ਹਰ ਟਾਈਮ ਦੋ ਤੋਂ ਤਿੰਨ ਗੱਡੀਆਂ ਦਾ ਸਟਾਕ ਹੁੰਦਾ ਹੀ ਹੈ ਨਹੀਂ ਨਵੀਂ ਸ਼ੇਪ ਵਾਲੀਆਂ ਕਿ ਟਾਈਪ 1 ਟਾਈਪ 2 ਵਾਲੀਆਂ ਨਹੀਂ 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 ਵੀਰੇ 2017 ਓਰੀਜਨਲ ਆ ਇਹ ਹਾਂ 2017 ਮਾਡਲ 4x4 ਆਟੋ ਗੱਡੀ ਆ ਇਹ ਹਾਂ ਝੋਟਾ ਹੀ ਆ ਧੂ ਕੇ ਹੀ ਲੈ ਜਾਂਦੀ ਆ ਬਸ ਇਹ ਤਾਂ ਯਾਰ 10-10 ਲੱਖ ਚੱਲ ਜਾਂਦੀਆਂ ਨੇ ਗੱਡੀਆਂ ਇਹਨਾਂ ਦੀ ਤਾਂ ਹੁਣ ਗਰੰਟੀ ਆਪਾਂ ਦੇ ਕੇ ਸ਼ਰਮਿੰਦਗੀ ਵਾਲਾ ਕੰਮ ਆ ਹਨਾ ਨਹੀਂ ਤਾਂ ਕੰਪਨੀ ਜਦੋਂ ਇਹ ਤੁਰਦੀ ਫਿਰਦੀ ਗਰੰਟੀ ਆਪ ਆ ਆਪ ਹੀ ਆਪਣੇ ਆਪ ਚ ਆਪ ਹੀ ਗਰੰਟੀ ਆ ਇਹ ਲਾ ਲਓ ਵੀ ਆਪਾਂ ਇੱਕੋ ਮੁੱਲ ਜਾਂ 27.5 ਲੱਖ ਦੀ ਗੱਡੀ ਦੇ ਦਾਂਗੇ 17 ਮਾਡਲ 4x4 ਤੇ ਨਵੇਂ ਟਾਇਰ ਆ ਬਿਲਕੁਲ ਕਹਿਣ ਨਾਲ ਨਵੇਂ ਨਹੀਂ ਜਿਹੜੀ ਗੱਡੀ ਦੇ ਨਵੇਂ ਟਾਇਰ ਕਹਿਤੇ ਤਾਂ ਉਹਦੀ ਰਸੀਦ ਨਾਲ ਦਵਾਂ ਨਵੇਂ ਹੋਣਗੇ ਹਨਾ ਉਹਦੀ ਰਸੀਦ ਦਵਾਂਗੇ ਬਾਈ ਜੀ ਠੀਕ ਆ ਬਈ ਹਾਂ ਨਵੇਂ ਹੋਣਗੇ ਟਾਇਰ ਤੇ ਐ ਆ ਕਿ ਮਿੱਤਰੋ ਬਾਈ ਨੂੰ ਤੁਸੀਂ ਸਕਰੀਨਸ਼ਾਟ ਲੈ ਕੇ ਨਾ ਨੰਬਰ ਸਕਰੀਨ ਤੇ ਦਿੱਤੇ ਹੋ ਆ ਉਹ WhatsApp ਤੇ ਪਾ ਦਿਓ ਕਿ ਬਈ ਆਹ ਗੱਡੀ ਦੇਖੀ ਜੀ ਤਾਂ ਇਹਦੀ ਆਪਾਂ ਗੱਲਬਾਤ ਕਰਨੀ ਆ ਤੇ ਦੂਜੀ ਗੱਲ ਗੱਡੀਆਂ ਹੋਰ ਵੀ ਹੁੰਦੀਆਂ ਨੇ ਜਿਹੜੀਆਂ ਇੱਥੇ ਖੜੀਆਂ ਨਹੀਂ ਹੈਗੀਆਂ ਪਰ ਬਾਈ ਕੋਲੇ ਅਵੇਲੇਬਲ ਹੋਣਗੀਆਂ ਉਹ ਮਿਲਣਗੀਆਂ ਤੁਹਾਨੂੰ ਇੰਸਟਾਗ੍ਰਾਮ ਤੇ ਉਹ ਇੰਸਟਾ ਤੇ ਮਿਲ ਜਾਣਗੀਆਂ ਜਾਂ ਕਈ ਵਾਰ ਲਾ ਲਓ ਗੱਡੀਆਂ ਡਿਟੇਲਿੰਗ ਡਟੂਲਿੰਗ ਲਈ ਗਈਆਂ ਹੋਈਆਂ ਨੇ ਹਜੇ ਫੋਟੋਆਂ ਨਹੀਂ ਖਿੱਚੀਆਂ ਤੁਸੀਂ ਸੰਪਰਕ ਕਰਕੇ ਇੱਕ ਵਾਰ ਕੁਐਰੀ ਕਰ ਸਕਦੇ ਹੋ ਵੀ ਭਾਈ ਆਹ ਫਲਾਨੀ ਗੱਡੀ ਤੇ ਚਾਹ ਬਣਾ ਤੁਹਾਡੇ ਕੋਲ ਹੈਗੀ ਆ ਕਿ ਤੁਹਾਡੀ ਰੀਝ ਹੈਗੀ ਆ ਉਰੇ ਨਹੀਂ ਖੜੀ ਇਹ ਕਰ ਦੇਣਗੇ ਬਾਈ ਪੂਰੀ ਆਪੇ ਹੈ ਤੇ ਬਾਈ ਫਿਰ ਆਹ ਆਇਆ ਬਾਈ ਗੱਡੀ ਇੱਕ ਹੈ ਇਹ ਬਾਈ ਜੀ 2014 ਮਾਡਲ ਨਿਊ ਸ਼ੇਪ ਦੀ BMW 520 ਆ ਡਿਜੀਟਲ ਮੀਟਰ ਅਡੈਪਟਿਵ ਲਾਈਟਾਂ ਵਧੀਆ ਗੱਡੀ ਸਿਰਫ 50,000 ਚੱਲੀ ਹੋਈ ਸਰਵਿਸ ਰਿਕਾਰਡ ਸਰਵਿਸ ਰਿਕਾਰਡ ਹੈ ਕਹਿਣ ਨਾਲ 50,000 ਨੂੰ ਕੰਪਨੀ ਦੇ ਰਿਕਾਰਡ ਨਾਲ 50,000 ਚੱਲੀ ਹੋਈ ਹੈ ਠੀਕ ਹੈ ਚੰਗੀ ਗੱਡੀ ਹੈ ਇੱਕੋ ਮੁੱਲ 15,80,000 ਦੀ ਦੇ ਦਾਂਗੇ ਇਹ 15,80,000 ਦੀ ਜੇ ਮੰਨ ਲਓ ਬਾਹਰ ਇਹਦੇ ਨਾਲ ਦੀ ਗੱਡੀ ਕੋਈ ਲੈਣ ਜਾਂਦਾ 17-18 ਲੱਖ ਘੱਟੋ ਘੱਟ ਵੀਰੇ ਘੱਟੋ ਘੱਟ ਘੱਟੋ ਘੱਟ ਮਤਲਬ 2 ਲੱਖ ਦਾ ਫਰਕ ਆ ਸਿੱਧਾ ਆ ਬਿਲਕੁਲ ਤਕਰੀਬਨ 80 ਲੱਖ ਦੀ ਕਾਰ ਨਵੀਂ ਆ ਇਹ ਅੱਜ ਦੇ ਟਾਈਮ ਤੇ ਘੱਟੋ ਘੱਟ ਆ ਵੀ ਇੰਨਾ ਮੁੱਲ ਤਾਂ ਤੇ ਬਈ ਇਹ ਗੱਡੀ ਪਸੰਦ ਕਿਹੜੇ ਬੰਦੇ ਨੂੰ ਆਉਂਦੀ ਹੋਊਗੀ ਇਹ ਵੀਰੇ ਆਲਰਾਊਂਡਰ ਗੱਡੀ ਆ ਕਿਸੇ ਨੇ ਡੇਲੀ ਚਲਾਉਣੀ ਆ ਸ਼ੌਂਕ ਨੂੰ ਵੀ ਗੱਡੀ ਚੰਗੀ ਆ ਕੋਈ ਐਡੇ ਜ਼ਿਆਦਾ ਸੈਂਸਰ ਵੀ ਨਹੀਂ ਹੈਗੇ ਤੇ ਇੱਕ ਹੋਰ ਆਪਣੇ ਭਰਾਵਾਂ ਦੇ ਦਿਮਾਗ 'ਚ ਸੈਂਸਰਾਂ ਵਾਲੇ ਡੀਲਰਾਂ ਨੇ ਉਹ ਕਲੋਜ਼ ਵਾੜੇ ਹੋਏ ਨੇ ਵੀ ਨਹੀਂ ਜੀ ਇਹਨਾਂ ਦੇ ਤਾਂ ਸੈਂਸਰ ਕੋਲ ਪੈਂਦੇ ਨੇ ਹੁਣ ਵੀਰੇ ਜਿਹੜਾ ਲੈ ਕੇ ਵੇਚ ਨਹੀਂ ਸਕਦਾ ਉਹਨੇ ਤਾਂ ਭੰਡੀ ਕਰਨੀ ਆ ਜਾਂ ਜਿਹੜਾ ਲੈ ਕੇ ਜੀ ਤੋਂ ਆਪ ਨਹੀਂ ਚੱਲੀ ਜਿਹੜਾ ਆਪ ਪਿੱਛੋਂ ਕੂੜਾ ਲੈ ਆਇਆ ਕੰਮ ਹੀ ਕਰਾਉਂਦਾ ਫਿਰੀ ਗਿਆ ਹਨਾ ਚੰਗੀ ਗੱਡੀ ਤੇ ਮਾੜੀ ਗੱਡੀ 'ਚ ਫਰਕ ਹੁੰਦਾ ਹੈ ਹਾਂ ਬਿਲਕੁਲ ਹੁਣ ਇੱਕ ਨੂੰ ਜੇ ਹਾਰਟ ਅਟੈਕ ਆ ਗਿਆ ਸਾਰੇ ਹਾਰਟ ਅਟੈਕ ਨਾਲ ਨਹੀਂ ਮਰਦੇ ਹਾਂ ਇਹ ਤਾਂ ਗੱਲ ਹੈ ਇਹ ਗੱਲ ਆ ਹਨਾ ਵੀ ਜੇ ਇੱਕ ਬੰਦੇ ਨੂੰ ਸ਼ੂਗਰ ਆ ਤਾਂ ਇਹ ਨਹੀਂ ਵੀ ਪਰਿਵਾਰ 'ਚ ਸਾਰਿਆਂ ਨੂੰ ਕਿ ਮਤਲਬ ਇਹਨਾਂ ਨੂੰ ਲੈ ਕੇ ਜਿਹੜੇ ਵਹਿਮ ਵੂਹਮ ਨੇ ਬਾਈ ਨਹੀਂ ਬਾਈ ਚੰਗੀ ਗੱਡੀ ਇਹ ਗੱਡੀਆਂ ਵਰਗੀ ਗੱਡੀ ਨਹੀਂ ਜੇ ਗੱਡੀ ਚੰਗੀ ਆ ਡੀਜ਼ਲ ਤੋਂ ਇਲਾਵਾ ਕੁਛ ਨਹੀਂ ਮੰਗਦੀਆਂ ਵੀਰੇ ਇੱਕ ਟਾਈਮ ਤੇ ਸਰਵਿਸ ਹੋਈ ਜਾਵੇ ਬਸ ਬਸ ਇੱਕ ਗੱਡੀ ਇਹ ਨਹੀਂ ਵੀ ਹਾਂ ਤੁਸੀਂ ਵੀ ਕਦੇ ਟੋਆ ਨਹੀਂ ਦੇਖਣਾ ਟਿੱਬਾ ਨਹੀਂ ਉਹ ਤਾਂ ਬਈ ਜੀ ਤੁਸੀਂ ਚਾਹੇ ਸਵਿਫਟ ਲੈ ਲਓ ਉਹ ਵੀ ਖੜਕ ਦੇ ਹਾਂ ਸਾਫ਼ ਜੀ ਗੱਲ ਆ ਹਨਾ ਵੀ ਇਹ ਗੱਡੀਆਂ ਕੇਅਰ ਮੰਗਦੀਆਂ ਨੇ ਥੋੜ੍ਹੀ ਜੀ ਇਹ ਨਹੀਂ ਵੀ ਹਾਂ ਤੁਹਾਡਾ ਜੀ ਲੱਖ ਲੱਖ ਦਾ ਸੈਂਸਰ ਪੈ ਰਿਹਾ ਜੇ ਉਹ ਬਸ ਐਵੇਂ ਮਿੱਟੀ ਕੁੱਟ ਕੇ ਬਾਈ ਬਾਕੀ ਤੁਹਾਡੀ ਸਾਹ ਵਾ ਮਹਿੰਗਾ ਲੋਹਾ ਦੇਖ ਕੇ ਭੰਨੋ ਨਾ ਭਾਈ ਹੈ ਹਾਂ ਇਹ ਗੱਲਬਾਤ ਆ ਬਾਈ ਫਿਰ ਬਾਈ ਆਹ ਦਿਖਾਉਣੀ ਆ ਕਿ ਉਧਰਲੀਆਂ ਦਿਖਾਉਣੀਆਂ ਪਹਿਲਾਂ ਹੀ ਪਹਿਲਾਂ ਆਹ ਦਿਖਾ ਦਿੰਦੇ ਹੈ ਬਾਈ ਜੀ ਇਹ ਹੈਗੀ ਬਾਈ ਪੋਰਸ਼ ਇਹ ਪੋਰਸ਼ ਕੇਨ ਆ ਵੀਰੇ ਹਾਂ ਅੱਛਾ ਤੇ ਇਹ ਬਈ ਹੈਗੀ ਹੈ ਸ਼ਕੀਨ ਬੰਦੇ ਵਾਲੀ ਗੱਡੀ ਪਰ ਮਹਿੰਗੀ ਪੋਰਸ਼ ਤੇ ਬੈਂਟਲੀ ਦੀ ਜੋੜੀ ਉਹ ਗੱਡੀ ਹੈ ਹਾਂ ਗਾਣਿਆਂ ਚ ਆਉਂਦੀ ਆ ਜਿਹੜੀ ਚੰਗੀ ਗੱਡੀ ਆ ਵੀਰੇ ਜਹਾਜ਼ ਹੀ ਆ ਗੱਡੀ ਗਾ ਹਾਂ ਵਿੱਚ ਬੈਠੇ ਆ ਹੀ ਲੱਗਦਾ ਵੀ ਹੁਣ ਹਵਾ 'ਚ ਹੀ ਹੋ ਜਾਾਂਗੇ ਬਸ ਤੇ ਇਹ ਓਨਰ ਕਿੰਨਵਾਂ ਫਿਰ ਇਹਦਾ ਪਹਿਲੇ ਨਾ ਗੱਡੀ ਆ ਵੀਰੇ 2013 ਮਾਡਲ ਤਕਰੀਬਨ 1+ ਕਰੋੜ ਗੱਡੀ ਸੀ ਉਹ ਟਾਈਮ ਇਹ ਹਾਂ ਤੇ ਅੱਜ ਦੇ ਟਾਈਮ 1.5 ਦੇ ਨੇੜੇ ਹੋਊ ਘੱਟੋ ਘੱਟ ਯਾਰ ਬਾਲੀ ਮਹਿੰਗੀ ਆ ਯਾਰ ਇਹ ਤਾਂ ਤੇ ਵੀ ਫੀਚਰਾਂ ਦਾ ਤਾਂ ਅੰਤ ਹੀ ਨਹੀਂ ਨਾ ਬਸ ਵੀ ਫੀਚਰ ਦਾ ਬੇਅੰਤੀ ਆ ਹੁਣ ਜੇ ਆਪਾਂ ਗੱਡੀ ਨੂੰ ਇੱਕ ਜਹਾਜ਼ ਹੀ ਕਹਿਤਾ ਤਾਂ ਫਿਰ ਉਹ 'ਚ ਫੀਚਰ ਹੋਣਗੇ ਹੀ ਕਿੰਨੇ ਹਨਾ ਵਾਧੂ ਹੋਣਗੇ ਹੈ ਲੋੜ ਨਾਲ ਬਿਲਕੁਲ ਤੇ ਬਈ ਉਦੋਂ ਤਾਂ ਲਾ ਲਓ 1 ਕਰੋੜ ਦੀ ਸੀਗੀ ਹਾਂ ਜੇ ਆਪਾਂ ਹੁਣ ਦੀ ਗੱਲ ਕਰਦੇ ਇਸ ਟਾਈਮ ਇਹ ਖੜੀ ਕਿਸ ਨੇ ਲੈ ਕੇ ਜਾਣੀ ਆ ਇਹ ਹੁਣ ਆਪਾਂ ਭਰਾ 19,80,000 ਰੁਪਏ ਦੀ ਕਾਰ ਦੇ ਦਾਂਗੇ ਇੱਕੋ ਮੁੱਲ ਜਮਾ 19,80,000 ਦੀ ਪੋਰਸ਼ੇ ਪੋਰਸ਼ੇ ਜੀ ਬਿਲਕੁਲ 13 ਮਾਡਲ ਗੱਡੀ ਕਿ ਮਤਲਬ ਜੇ ਕੋਈ ਫੋਰਚੂਨਰ ਵੀ ਲੈਣ ਚੱਲਿਆ ਤਾਂ ਅਗਲਾ ਇਹਨੂੰ ਦੇਖ ਸਕਦਾ ਵੀ ਚੰਗਾ ਆਪਸ਼ਨ ਹੈ ਇਹਨੇ ਸਵਾਦ ਲੈਣਾ ਹਾਂ ਜਿਹਨੇ ਭੰਨਣੀ ਆ ਉਹ ਨਾ ਲੈ ਕੇ ਜਾਵੇ ਜਿਹਨੇ ਸਵਾਦ ਲੈਣਾ ਉਹ ਲੈ ਕੇ ਜਾ ਸਕਦਾ ਤਾਂ ਫਿਰ ਇਹ ਖਰਚੇ ਦਾ ਖੋਤਾ ਨਹੀਂ ਹੈਗਾ ਨਹੀਂ ਮੇਰੇ ਸਿੱਧੀਆਂ ਰੋਡਾਂ ਤੇ ਇਹਨਾਂ ਨੂੰ ਚਾਹੇ ਤੁਸੀਂ 150-150 ਤੇ ਲਾ ਲਓ ਸਿੱਧੇ ਰੋਡ ਤੇ ਕੁਝ ਵੀ ਨਹੀਂ ਕਹਿੰਦੀਆਂ ਹੈਗੀਆਂ ਸਿੱਧੇ ਰੋਡਾਂ ਤੇ ਤਾਂ ਇਹ ਇੰਨੀਆਂ ਸੋਹਣੀਆਂ ਚੱਲਦੀਆਂ ਵੀ 150 ਤੇ ਤੁਸੀਂ ਲਗਾਤਾਰ 100 ਕਿਲੋਮੀਟਰ ਚਲਾ ਲਓ ਕੁਸਕਦੀਆਂ ਵੀ ਨਹੀਂ ਆਹਾ ਸਾਨੂੰ ਕੁਝ ਹੋਇਆ
ਹੁਣ ਜੇ ਲਾ ਲਓ ਵੀ ਆਪਾਂ ਟੋਆ ਨਹੀਂ ਦੇਖਣਾ ਟਿੱਬਾ ਨਹੀਂ ਹਨਾ ਫਿਰ ਉਹੀ ਗੱਲ ਆ ਗਈ ਫਿਰ ਗੱਡੀ ਖਰਚਾ ਨਹੀਂ ਦੇਖਦੀ ਹੈ ਬਿਲਕੁਲ ਵੀਰੇ ਇਹ ਬਾਈ ਖੂਹ ਬਣ ਜਾਂਦੀ ਹੈ ਫਿਰ ਬਾਈ ਇੱਕ ਆ ਹੈ ਹੈ ਜਰਮਨ ਆਡੀ ਆਡੀ A8 ਆ ਵੀਰੇ ਇਹ ਆਡੀ ਦੀ ਸਭ ਤੋਂ ਵੱਡੀ ਸਡਾਨ ਆ ਅੱਛਾ ਸਭ ਤੋਂ ਲੰਬੀ ਕਹਿੰਦੀ ਹੈ A8 L ਇਸ ਤੋਂ ਬਾਅਦ ਕੋਈ ਆਡੀ ਦਾ ਸਡਾਨ ਚ ਮਾਡਲ ਨਹੀਂ इंजन गेयर चीजा की दवांगे बंदे ने मेनू समझ नहीं आई भी घटो घट महीन लख लख घटो घट बिल ने सर्विसा हूं ला लो भी अगे अपने ਕੋਈ ਅੱਜ ਤੱਕ ਬੰਦਾ ਕਹਿੰਦਾ ਵੀ ਮੈਨੂੰ ਗੱਡੀ ਨੇ ਧੋਖਾ ਨਹੀਂ ਦਿੱਤਾ ਕਦੇ ਆ ਇਹ ਉਹ ਗੱਡੀ ਆ ਜ਼ੀਰੋ ਡਾਊਨ ਪੇਮੈਂਟ ਤੇ ਕਾਰ ਦੇ ਦਾਂਗੇ ਇਹ ਵਾਲੀ ਗੱਡੀ ਬਿਲਕੁਲ ਵੀਰੇ ਜ਼ੀਰੋ ਡਾਊਨ ਪੇਮੈਂਟ 1 ਰੁਪਿਆ ਨਹੀਂ ਲੈਂਦੇ ਬੰਦੇ ਤੋਂ ਬੰਦਾ ਬਸ ਸਿਬਲ ਚੰਗਾ ਲੈ ਕੇ ਆਵੇ ਹਾਂ ਕਿ ਭਾਈ ਜੇ ਤੁਹਾਡਾ ਸਿਬਲ ਵਧੀਆ ਹੈ ਜੇ ਤੁਸੀਂ ਬੰਦੇ ਆਂ ਨੂੰ ਆਪਦੇ ਲੋਨ ਲੋਨ ਵਧੀਆ ਕਰਾ ਰੱਖੇ ਨੇ ਹੈ ਬਿਲਕੁਲ ਵੀਰੇ ਤੇ ਫਿਰ ਭਾਈ ਫ੍ਰੀ ਚ ਲੈ ਜਾਓ ਹੈ ਇਹ ਵਾਲਾ ਕੰਮ ਹੋ ਗਿਆ 50000 ਲੱਖ ਦੀ ਨਾਲ ਲੋਡ ਵੀ ਆ ਉਹ ਵੀ ਦੇ ਦਾਂਗੇ ਕੋਈ ਦਿੱਕਤ ਨਹੀਂ ਹੈਗੀ ਬਸ ਸਿਬਲ ਚੰਗਾ ਹੋਵੇ ਹਾਂ ਫਿਰ ਉਦੋਂ ਬਾਅਦ ਤੁਸੀਂ ਕਿਸ਼ਤਾਂ ਤਾਰਨੀਆਂ ਨੇ ਗੱਡੀ ਤੁਹਾਡੀ ਭਾਈ ਗੱਡੀ ਕਿੰਨੇ ਦੀ ਦੇਣੀ ਇਹ ਸਿਰਫ 17,80,000 17,80,000 ਦੀ ਗੱਡੀ ਮਿੱਤਰੋ 17 ਲੱਖ ਘਰੋਂ ਲਿਆਉਣ ਦੀ ਲੋੜ ਨਹੀਂ ਹੈ 8 ਬਾਈ ਜੀ ਲੋਕ ਇਹ ਪੈਸਿਆਂ ਤੇ A6 ਵੇਚਦੇ ਆ ਜਿਹੜੇ ਰੇਟ ਤੇ ਆਪਾਂ 8 ਦੇ ਇਹ 8 ਦੇਤੀ ਹੈ ਲੰਬੀ ਗੱਡੀ ਬਿਲਕੁਲ ਬਾਈ ਜੀ ਵੱਡੀ ਗੱਡੀ ਆ ਭਾਈ ਹੈ ਵਧੀਆ ਗੱਡੀ ਆ ਯਾਨੀ ਕਿ ਵੀ ਨੈਕਸਟ ਲੈਵਲ ਹੀ ਆ ਬਸ ਤੇ ਬਾਈ ਹੁਣ ਲਗਜ਼ਰੀਆਂ ਦੇ ਵਿੱਚ ਆ ਖੜੀ ਆ ਸਵਿਫਟ ਇਹ ਆਪਣੇ ਪਿੰਡ ਵਾਲਿਆਂ ਕੋਲੇ ਬਹੁਤ ਆ ਹੈ ਯਾਰ ਆਪਾਂ ਸਭ ਦਾ ਖਿਆਲ ਰੱਖਣਾ ਹੀਰੋ ਬਾਈ ਠੀਕ ਹੈ ਕਿ ਨਹੀਂ ਵੀ ਆਪਾਂ ਇਹ ਇਕੱਲੇ ਆਪਣੇ ਵਰਗੇ ਭਰਾ ਹੀ ਥੋੜੀ ਖੁਸ਼ ਕਰਨੇ ਆ ਕੋਈ ਅੰਕਲ ਕੋਈ ਚਾਚੇ ਤਾਂ ਇਹ ਵੀ ਉਹਨਾਂ ਦਾ ਵੀ ਖਿਆਲ ਰੱਖਣਾ ਕਿ ਨਹੀਂ ਰੱਖਣਾ ਇਹ ਭਾਈ ਉਹਨਾਂ ਲਈ ਆ ਹਾਂ ਇਹ 2000 ਵੀਰੇ 14 ਮਾਡਲ ਕਾਰ ਆ ਸਿਰਫ ਤੇ ਸਿਰਫ 360,000 ਦੀ ਦਿੰਦਾ 360,000 ਦੀ 14 ਮਾਡਲ ਆ ਤੇ ਬਈ ਇਹ ਓਨਰ ਕਿਹੜਾ ਆ ਪਹਿਲਾ ਓਨਰ ਆ ਹਨਾ ਤੇ ਬਈ ਇਹ ਗੱਡੀ ਤੁਸੀਂ ਦੇਖ ਲਓ ਖਾਸ ਕਰਕੇ ਇਹ ਤਾਂ ਭੱਜ ਭੱਜ ਵਿਕਦੀਆਂ ਹੋਣਗੀਆਂ ਬਈ ਬਿਲਕੁਲ ਤੇ ਬਈ ਇਹ ਉਹ ਗੱਡੀ ਆ ਹਨਾ ਲੋਨ ਹੋ ਜੂ ਲੋਨ ਦੀ ਤਾਂ ਵੀਰੇ ਕੋਈ ਟੈਨਸ਼ਨ ਕੋਈ ਨਹੀਂ ਹਾਂ ਹੋਣਾ ਹੀ ਇਹ ਜਰਮਨ ਝੋਟਾ ਆ ਗਿਆ ਵੀਰੇ ਆਕਟੇਵਾ ਆਡਾ ਆਕਟੇਵੀਆ ਨਿਊ ਸ਼ੇਪ ਦੀ ਆ ਨਿਊ ਸ਼ੇਪ ਦੀ ਗੱਡੀ ਆ ਵੀਰੇ ਆਟੋ ਆ ਸਨਰੂਫ ਆ ਫੀਚਰਾਂ ਨਾਲ ਲੋਡ ਆ ਐਕਸਟਰਾ ਲੋਏ ਟਾਇਰ ਲੱਗੇ ਹੋਏ ਨੇ ਆਡੀ ਵਾਲੇ ਕਾਰ ਤੇ ਹਨਾ ਤਕਰੀਬਨ 55,000 ਦਾ ਬਿੱਲ ਇਹਨਾਂ ਦਾ ਅੱਡਾ ਯਾਰ ਇਹ ਤਾਂ ਉਹ ਗੱਡੀਆਂ ਨੇ ਜਿਨ੍ਹਾਂ ਦੇ ਨਾਂ ਵਾਲੇ ਔਖੇ ਨੇ ਬਾਈ ਹੈ ਹਾਂ ਜਿਹੜਾ ਬੰਦਾ ਹੁਣ ਡਰਦਾ ਆਡੀ ਦੇ ਮਾਰਕੇ ਤੋਂ BMW ਦੇ ਮਾਰਕੇ ਤੋਂ ਉਹ ਇਹ ਗੱਡੀਆਂ ਚਲਾ ਸਕਦੇ ਆ ਅੱਛਾ ਜਿਨ੍ਹਾਂ ਨੂੰ ਉਹਨਾਂ ਤੋਂ ਡਰ ਲੱਗਦਾ ਵੀ ਯਾਰ ਖਰਚਾ ਕੱਢ ਜਾਣਗੀਆਂ ਇਹਨਾਂ 'ਚ ਫੀਲ ਸੇਮ ਆ ਅੱਛਾ ਫੀਲਿੰਗ ਸੇਮ ਆ ਸੇਮ ਫੀਲ ਆ ਬਾਈ ਜੀ A4 ਵਾਲੀ 3 ਸੀਰੀਜ਼ ਵਾਲੀ ਸੇਮ ਫੀਲ ਉਨਾਂ ਹੀ ਭੱਜਦੀ ਆ ਉਨਾਂ ਹੀ ਸਵਾਦ ਦਿੰਦੀ ਆ ਕਾਰ ਤੇ ਖਰਚਾ ਉਨਾਂ ਕੀ ਆ ਖਰਚਾ ਉਹਨਾਂ ਤੋਂ ਘੱਟ ਆ ਖਰਚਾ ਉਹਨਾਂ ਤੋਂ ਘੱਟ ਆ ਫਿਰ ਫਾਇਦਾ ਕੀ ਹੋਇਆ ਹੈ ਨਾ ਜੇ ਖਰਚਾ ਉਨਾਂ ਹੀ ਹੋਇਆ ਆਹਾ ਤੇ ਬਾਈ ਇਹ ਦੇਣੀ ਕਿਨੇ ਮੁੱਲ ਬਾਈ ਜੀ 7.5 ਲੱਖ ਦੀ ਦੇ ਦੇ ਇਹ 7.5 ਲੱਖ ਦੀ ਆ ਆਓ ਹੁਣ ਉਹ ਦਿਖਾ ਦਈਏ ਬਾਈ ਆ ਜਾਓ ਉਧਰ ਚੱਲਦੇ ਆ ਮਿੱਤਰੋ ਤੇ ਆ ਵਾਲੀਆਂ ਸਾਰੀਆਂ ਦਿਖਾ ਦਿੱਤੀਆਂ ਬਰਨਾ ਦਿਖਾਤੀ ਫਿਰ ਯਾਰ ਆ ਵਿੱਚ ਆ ਪੁਰਾਣੀ ਗੱਡੀ ਖੜੀ ਆ ਬਾਈ ਹੈ ਫੀਕੋ ਇਹ ਬਾਈ ਜੀ ਤਾਂ ਖੜੀ ਹੈ ਗਿਫਟ ਆ ਹੁਣ ਇਹ ਬੰਦਿਆਂ ਨੇ ਰੇਟ ਸੁਣ ਕੇ ਚੀਕ ਮਾਰਨੀ ਆ ਜੀ ਇੰਨੇ ਦੀ ਫੀਗੋ ਨਹੀਂ ਜੇ ਆ ਬੋ ਆ ਪਰ ਬਾਈ ਜੀ ਗੱਡੀ 'ਚ ਖਾਸੀਅਤ ਇਹ ਆ ਵੀ ਗੱਡੀ 13 ਮਾਡਲ ਆ ਤੇ ਬੰਦਾ ਕੰਪਨੀ ਬੰਦ ਹੋਣ ਤੋਂ ਬਾਅਦ ਵੀ ਦੇਖ ਲਓ ਤੁਸੀਂ ਇੱਥੋਂ ਆਪਣੇ ਸ਼ਹਿਰ ਤੋਂ 50 ਕਿਲੋਮੀਟਰ ਦੂਰ ਸੈਟਅਪ ਹੈ ਇਹਨਾਂ ਦਾ ਸਰਵਿਸ ਸਟੇਸ਼ਨ ਉਹ ਉੱਥੇ ਸਰਵਿਸ ਕਰਾਉਣ ਜਾਂਦਾ ਸਪੈਸ਼ਲ ਯਾਰ ਮੈਂ ਗੱਡੀ ਕੰਪਨੀ ਰਿਕਾਰਡ ਰੱਖਣੀ ਆ ਮੈਂ ਕੰਪਨੀ ਤੋਂ ਬਾਹਰ ਸਰਵਿਸ ਨਹੀਂ ਕਰਾਉਂਦਾ ਇਹ ਹੁਣ ਤੱਕ ਕੰਪਨੀ ਰਿਕਾਰਡ ਗੱਡੀ ਆ ਹੁਣ ਤੱਕ ਕੰਪਨੀ ਰਿਕਾਰਡ ਗੱਡੀ ਆ ਕਦੇ ਗੱਡੀ ਦੇ ਵੈਪਰ ਤੱਕ ਵੀ ਬਾਹਰ ਨਹੀਂ ਪਏ ਅੱਛਾ ਮਤਲਬ ਐ ਪਾਲ ਰੱਖੀ ਆ ਗੱਡੀ ਉਸ ਬਾਈ ਨੇ ਬਾਲਾ ਯਾਨੀ ਕਿ ਵੀ ਬੰਦਾ ਯਾਰ ਹਨਾ ਵੀ ਕੀ ਕਹਾਂ ਵੀ ਕਿੰਨੀ ਕੇਅਰ ਕਰੀ ਆ ਕਾਰ ਦੀ ਤੇ ਬਾਈ ਇਸ ਗੱਡੀ ਦੀ ਜੀ ਪ੍ਰੇਲੀ ਦੇ ਟਾਇਰ ਲੱਗੇ ਹੋਏ ਨੇ ਹੂੰ ਤਕਰੀਬਨ 40,000 ਦਾ ਟਾਇਰ ਨੇ ਇਹ ਪ੍ਰੇਲੀ ਦੇ ਟਾਇਰ ਲੱਖ ਕਿਲੋਮੀਟਰ ਚੱਲਦੇ ਆ ਤੁਹਾਨੂੰ ਵੀ ਪਤਾ ਵੀ ਸਭ ਤੋਂ ਮਹਿੰਗਾ ਟਾਇਰ ਆ ਪ੍ਰੇਲੀ ਦਾ ਟਾਇਰ ਸਭ ਤੋਂ ਮਹਿੰਗਾ ਤੁਸੀਂ ਫੇਸਬੁੱਕ
ਗੂਗਲ ਗਗਲ ਇੱਕ ਵਾਰ ਫੋਲੋ ਕੇ ਕਰਕੇ ਬਾਈ ਦੇਖ ਲਿਓ ਗੱਡੀ ਮਤਲਬ ਐ ਪਾਲ ਲਈ ਬਾਈ ਆਪਣੇ ਨੇ ਤੇ ਬਾਈ ਯਾਰ ਇਹ ਗੱਡੀ ਆ ਸਿਸਟਮ ਸੁਸਟਮ ਸਾਰਾ ਮਤਲਬ ਸਾਰਾ ਕੁਝ ਵਧੀਆ ਕਰਾ ਰੱਖਿਆ ਮੈਂ ਕਹਿੰਦਾ ਕੋਈ ਚੀਜ਼ ਹੈ ਹੀ ਨਹੀਂ ਜਿਹੜੀ ਕਾਰ 'ਚ ਨਹੀਂ ਹੈਗੀ ਪਹਿਲੇ ਨਾ ਕਾਰ ਆ ਅੱਛਾ ਗੱਡੀ 'ਚ ਹੋਰ ਕੀ ਖਾਸੀਅਤ ਆ ਬੰਦੇ ਨੇ ਨੰਬਰ ਵੀਆਈਪੀ ਲਵਾਉਣ ਕਰਕੇ ਕੋਈ ਚੁਆਇਸ ਦਾ ਉਹਨਾਂ ਦਾ ਹਾਊਸ ਨੰਬਰ ਸੀ ਇਹ ਜਿਹੜਾ ਨੰਬਰ ਲਵਾਇਆ ਉਹਨਾਂ ਨੇ ਅੱਛਾ ਉਹ ਚੱਕਰ 'ਚ 2018 'ਚ ਨੰਬਰ ਲੱਗਿਆ ਇਹਨੂੰ ਤੇ ਗੱਡੀ 33 ਤੱਕ ਪਾਸ ਆ ਬਾਹਰੋਂ ਲੱਭਣ ਚਲ ਜਾਈਏ ਬਾਈ ਕਾਰ ਹੀ ਨੀ ਮਿਲਣੀ ਯਾਰ ਲੱਭ ਲੋ ਜਿੱਥੋਂ ਮਰਜ਼ੀ ਲੱਭ ਲੋ ਅੱਛਾ ਗੱਡੀ ਨਹੀਂ ਲੱਭਦੀ ਗੱਡੀ ਫਿਗੋ ਇਹੋ ਜਿਹੀ ਨਹੀਂ ਮਿਲਦੀ ਆਪਣਾ ਦਾਵਾ ਗਰੰਟੀ ਆ ਲਿਖ ਕੇ ਵੀ ਇਹੋ ਜਿਹੀ ਫਿਗੋ ਲੱਭ ਕੇ ਲਿਆਓ ਜਿਹੜੇ ਮੁੱਲ ਕਹੋਗੇ ਉਹ ਮੁੱਲ ਕਾਰ ਦੇ ਦਾਂਗੇ ਯਾਰ ਆਪਣਾ ਸਭ ਤੋਂ ਵੱਡਾ ਚੈਨਲ ਆਹੀ ਚੈਲੰਜ ਆ ਹੀਰੋ ਬਾਈ ਵੀ ਆਪਣੇ ਕੋਲ ਤੁਸੀਂ ਚੈਲੰਜ ਨਾਲ ਆਓ ਜਿਹੜੀ ਗੱਡੀ ਕਹਿਤੀ ਵੀ ਇੰਨੇ ਕਿਲੋਮੀਟਰ ਆ ਉਹਨੂੰ ਗਲਤ ਪ੍ਰੂਵ ਕਰੋ ਜਿਹੜੇ ਮੁੱਲ ਦੀ ਕਾਰ ਕਹੋਗੇ ਆਪਾਂ ਉਹ ਮੁੱਲ ਕਾਰ ਕਰ ਦਾਂਗੇ ਕੀ ਕੰਫੀਡੈਂਸ ਹੈਗਾ ਭਾਈ ਹੈ 2012 ਮਾਡਲ ਗੱਡੀ ਸਿਰਫ 35,000 ਚੱਲੀ ਹੋਈ ਸਿਰਫ 35,000 ਮਿਲਦੀ ਨਹੀਂ ਕਾਰ ਓਡੀ A6 ਹੈ ਉਧਰ 8 ਖੜੀ ਸੀ ਜੀ ਆ 6 ਜਾਂ ਆਪਾਂ 6 ਦੀ ਗੱਲ ਕਰਦੇ ਹਨ ਹਾਂ ਇਹ ਇਹਦੀ ਸਿਫਤ ਕਿਹੜੇ ਕੰਮ ਨੂੰ ਹੈਗੀ ਆ ਛੋਟੀ ਭੈਣ ਆ ਗਈ ਇਹ ਅੱਛਾ ਇਹ ਭੈਣ ਆ ਉਹਦੀ ਹੈ ਅੱਛਾ ਉਹ ਜਾਨੀ ਕਿ 8 ਜ਼ਿਆਦਾ ਲੈ ਜਾਂਦੇ ਆ ਜਿਵੇਂ ਆਪਣੇ ਡੋਲੀਆਂ ਵਾਲੇ ਭਰਾ ਹੋ ਗਏ ਹਨਾ ਹੋਰ ਕਹਿ ਲਾ ਵੀ ਕੋਈ ਜਿਵੇਂ ਕਿਸੇ ਨੂੰ ਸ਼ੌਂਕ ਹੀ ਆ 8 ਦਾ ਹਨਾ ਲੰਬੀ ਗੱਡੀ ਦਾ ਸ਼ੌਂਕ ਆ ਹੈ ਇਹ ਆ ਗਏ ਆਪਣਾ ਵੀ ਲੈ ਲਾ ਭਰਾ ਵੀ ਜਿਵੇਂ ਡੇਲੀ ਯੂਜ਼ ਵਾਲੀਆਂ ਕਾਰਾਂ ਆ ਗਈਆਂ ਹਨਾ ਇਹ ਖਰਚਾ ਨਹੀਂ ਕੱਢਦੀਆਂ ਬੜਾ ਦੁੱਖ ਨਹੀਂ ਦਿੰਦੀਆਂ ਹੈਗੀਆਂ ਅੱਛਾ ਵਧੀਆ ਗੱਡੀਆਂ ਨੇ ਇਹ ਨਾਲੇ ਟੈਕਨੋ ਪੈਕ ਆ ਵੀਰੇ ਇਹ ਮਾਡਲ 7-8 ਲੱਖ ਮਹਿੰਗਾ ਆਉਂਦਾ ਸੀ ਸਿੰਪਲ A6 ਨਾਲੋਂ ਇਹਦੇ 'ਚ ਫਰਕ ਇਹ ਆ ਵੀ ਇਹਦੀਆਂ ਆਹ ਦੇਖੋ ਲਾਈਟਾਂ ਆਹ ਦਾਣੇ ਜੇ ਦਿਖਦੇ ਆ ਹਾਂ ਛੋਟੇ ਛੋਟੇ ਜਿਹੇ ਥੱਲੇ ਹੈ ਦਾਣੇ 7-8 ਲੱਖ ਦੇ ਆ ਇਹ 7-8 ਲੱਖ ਦੇ ਆ ਆ ਕੌਡੀਆਂ ਦੀਆਂ ਇਹ ਲਾਈਟਾਂ ਕਰਕੇ ਹੀ ਮਹਿੰਗੀ ਸੀ ਕਾਰ ਇਹ ਜ਼ਿਆਦਾ ਮਹਿੰਗੀ ਆ ਬਾਈ ਇਸ ਹੁਣ ਇਹ ਤੱਕ 7 ਦੀਆਂ ਕੌਡੀਆਂ ਜੀਆਂ ਵਾਲੀਆਂ ਮਹਿੰਗੀਆਂ ਪਈ ਇਹ ਜਾਨੀ ਕਿ ਵੀ ਬਾਈ ਜੀ 100 ਪੀਸ ਪਿੱਛੇ ਕੋਈ 2-3 ਪੀਸ ਹੀ ਹੈ ਕਿਉਂ ਤੁਹਾਨੂੰ ਵੀ ਪਤਾ ਵੀ ਯਾਰ ਲਾਈਟਾਂ ਕਰਕੇ ਕਿਹੜਾ ਬੰਦਾ ਫਾਲਤੂ ਪੈਸੇ ਖਰਚਦਾ ਹੈ ਕੋਈ ਹੋਈ ਹੈ ਬਿਰਲੇ ਸ਼ਕੀਨ ਬੰਦਾ ਭਾਈ ਹੈ ਇਹ ਸ਼ਕੀਨ ਬੰਦੇ ਵਾਲੀ ਗੱਡੀ ਆ ਭਾਈ ਤੇ ਇਹ ਬੰਦਾ ਉਹ ਕਹਿੰਦਾ ਵੀ ਯਾਰ ਅੱਜ ਦੇ ਟਾਈਮ ਚਲੋ ਉਹਨਾਂ ਨੇ ਭਰਾ ਨੇ ਬਹੁਤ ਤਰੱਕੀ ਕਰ ਲਈ ਕਾਫੀ ਵੱਡਾ ਬਿਜ਼ਨਸ ਬਣਾ ਲਿਆ ਹਾਂ ਉਹ ਕਹਿੰਦਾ ਵੀ ਯਾਰ ਉਹ ਟਾਈਮ ਮੇਰੀ ਇਹ ਕਮਾਈ ਦੀ ਪਹਿਲੀ ਗੱਡੀ ਸੀ ਮੈਂ ਤਾਂ ਇੰਨੀ ਸਾਂਭੀ ਹੋਈ ਆ ਕਹਿੰਦਾ ਮੇਰਾ ਵੇਚਣ ਦਾ ਜੀ ਨਹੀਂ ਕਰਦਾ ਪਰ ਤੁਹਾਨੂੰ ਪਤਾ ਵੀ ਦਿੱਲੀ ਨਾ ਕਾਰਪੋਰੇਸ਼ਨ ਵਾਲੇ ਘਰੋਂ ਕਾਰਾਂ ਚੱਕੀ ਜਾਂਦੇ ਜਿਹੜੀਆਂ 10 ਸਾਲ ਪੁਰਾਣੀਆਂ ਨੇ ਅੱਛਾ ਉਹਨੇ ਵਿਚਾਰੇ ਨੇ ਇਹ ਦੁੱਖੋਂ ਕਾਰ ਦਿੱਤੀ ਆ ਉਹ ਹੁਣ ਇੱਥੋਂ ਚੰਡੀਗੜ੍ਹੋਂ ਉੱਥੇ ਸ਼ਿਫਟ ਹੋ ਕੇ ਕੰਮ ਕਰ ਉੱਥੇ ਕਰ ਲਿਆ ਸਾਰਾ ਕਹਿੰਦਾ ਯਾਰ ਕਾਰ ਘਰੋਂ ਚੱਕਣ ਆ ਗਏ ਇੱਕ ਦਿਨ ਕਹਿੰਦਾ ਯਾਰ ਆਹ ਦੁੱਖ ਨੂੰ ਕਾਰ ਦੇ ਰਿਹਾ ਕਹਿੰਦਾ ਨਹੀਂ ਤਾਂ ਮੈਂ ਕਾਰ ਕਦੇ ਵੀ ਨਹੀਂ ਸੀ ਵੇਚਦਾ ਮਤਲਬ ਬਾਈ ਦੀ ਪਹਿਲੀ ਕਮਾਈ ਦਾ ਲੋਹਾ ਹੈ ਪਹਿਲੀ ਕਮਾਈ ਦਾ ਲੋਹਾ ਤੇ ਫਿਰ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ ਕਿੰਨੀ ਸਾਂਭ ਕੇ ਰੱਖੀ ਹੋਊ ਹਨਾ ਬਾਈ ਨੇ ਤੇ ਬਾਈ ਇਹ ਦੇਣੀ ਕਿੰਨੇ ਦੀ ਆ ਫਿਰ ਬਈ ਇਹ ਸਿਰਫ 10,80,000 ਰੁਪਏ ਦੀ ਕਾਰ ਦੇ ਦਾਂ 10,80,000 ਦੀ ਕਿੰਨੇ ਦਾ ਮਿਲਦਾ ਹੋ ਇਹ ਤਕਰੀਬਨ ਬਈ ਟੈਕਨੋ ਪੈ ਗੱਡੀਆਂ ਇੱਥੇ ਆਪਣੇ ਮੋਹਾਲੀ ਲੋਕ ਇੱਕ ਬੰਦੇ ਕੋਲ ਖੜੀ ਆ 13 ਮਾਡਲ ਕਾਰ 15 ਲੱਖ ਰੁਪਏ ਕਹੀ ਜਾਂਦਾ ਇਹਦਾ ਹੈ ਲੈ ਬਈ ਮਾਡਲ ਵੀ ਦੂਸਰਾ ਹਾਂ ਬਈ ਅਹੀਂ ਆ ਮਤਲਬ ਵੀ ਯਾਰ ਲੋਕ ਮੂੰਹ ਜ਼ਿਆਦਾ ਆਡਰ ਲੈਂਦੇ ਆ ਤੇ ਬਾਈ ਇੱਕ ਆਹਾ ਥਾਰ ਹੈ ਇਹ ਤਾਂ ਪਹਿਲੇ ਤਿਆਰ ਤੁਰ ਕਰ ਰੱਖੀ ਯਾਰ ਤੁਸੀਂ ਸਾਰੀ ਟਾਇਰ ਟੂਰ ਪਾ ਰੱਖੇ ਨੇ ਨਾ ਇਹ ਯਾਰ ਆਪਣੇ ਕਿਸੇ ਭਰਾ ਦੀ ਹੋਈ ਸੀਗੀ ਤੇਰੇ ਅੱਗੇ ਦੀ ਹੀਰੋ ਉਹ ਬਾਹਰ ਚਲੇ ਗਿਆ ਮਿੱਤਰ ਆ ਤੇ ਬਾਪੂ ਕੋਲੋਂ ਉਹਦੇ ਕੋਲੋਂ ਚੱਲਦੀ ਨਹੀਂ ਯਾਰ ਉਹਨਾਂ ਨੇ ਫੋਰਚੂਨਰ ਲੈ ਲਈ ਨਵੀਂ ਅੱਛਾ ਕਹਿੰਦਾ ਯਾਰ ਵੇਚ ਦੋ ਕਾਰ ਨਹੀਂ ਤਾਂ ਖੜੀ ਖੜੀ ਖਰਾਬ ਹੋ ਜੂ ਤੁਹਾਨੂੰ ਪਤਾ ਹੀ ਆ ਗੱਡੀਆਂ ਚੱਲਦੀਆਂ ਰਹਿਣ ਤਾਂ ਹੀ ਚੰਗੀਆਂ ਰਹਿਣ ਇਹ ਬਾਈ ਮਾਡਲ ਕਿਹੜਾ ਕਿਉਂਕਿ ਇਹਦਾ ਡੈਸ਼ਬੋਰਡ ਤਾਂ ਨਵਾਂ ਆ ਇਹ 2017 ਮਾਡਲ ਆ ਹੀਰੋ ਬਾਈ 17 ਮਾਡਲ ਆ ਹਨਾ ਲਾਸਟ ਵਾਲੇ ਮਾਡਲ ਨੇ ਹਾਂ 17 ਮਾਡਲ ਆ ਗੱਡੀ 'ਚ ਯਾਰ ਅਸੈਸਰੀ ਆ ਕੁਛ
ਆ ਦੇਖ ਭਰਾ BMW ਦੇ ਲਾਏ ਟਾਇਰ ਅੰਦਰ ਨਾ ਹੋਰ ਗੱਲ ਇੱਕ ਦੋਨੇ ਸੀਟਾਂ ਅਗਲੀਆਂ ਇਹ ਫੋਰਚੂਨਰ ਦੀਆਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਹਾਂ ਇਹ ਬਟਨ ਨਾਲ ਚੱਲਦੀਆਂ ਨੇ ਕੋਈ ਐ ਨਹੀਂ ਵੀ ਹਾਂ ਹੱਥਾਂ ਨਾਲ ਅੱਗੇ ਪਿੱਛੇ ਕਰੀ ਜਾਣੀਆਂ ਨੇ ਅੱਛਾ ਬਾਈ ਨੇ ਗੱਡੀ ਲੈ ਕੇ ਪੱਲਿਓਂ ਖਰਚਾ ਹੋਰ ਕਰਤਾ ਗੱਡੀ ਪੱਲਿਓਂ ਖਰਚਾ ਤਾਂ ਇੰਨਾ ਉਹਨੇ ਪਤੰਦਰ ਨੇ ਕਰਿਆ ਹੋਇਆ ਇੰਨੇ ਸ਼ੌਕ ਨਾਲ ਰੱਖੀ ਹੋਈ ਸੀ ਕਾਰ ਇਹਦਾ ਹਿਸਾਬ ਹੀ ਕੋਈ ਨਹੀਂ ਤੇ ਹੈ ਫੋਰ ਵਰਨਾ ਦਾ ਆਟੋ ਸਨਰੂਫ ਲੱਗਿਆ ਹੋਇਆ ਅੱਛਾ ਵਰਨਾ ਦਾ ਆਟੋਮੈਟਿਕ ਇਹ ਨਹੀਂ ਵੀ ਹੱਥ ਨਾਲ ਅੱਗੇ ਪਿੱਛੇ ਕਰਨਾ ਅੱਛਾ ਆਟੋਮੈਟਿਕ ਆ ਬਟਨ ਨਾਲ ਅੱਗੇ ਪਿੱਛੇ ਹੁੰਦਾ ਤੇ ਯਾਰ ਜਿਹੜੇ ਬਾਈ ਥਾਰ ਮੰਗਦੇ ਨੇ ਬਈ ਆ ਪੁਰਾਣੇ ਮਾਡਲ ਆਣੀਆਂ ਹਨਾ ਇਹ ਬਾਈ ਉਹਨਾਂ ਲਈ ਤਾਂ ਉਹ ਗਿਫਟ ਵਾਲਾ ਹਿਸਾਬ ਆ ਇਹ ਤਾਂ ਕਰੀਮ ਬਣ ਗਈ ਮਤਲਬ ਆਪਣੇ ਹਿਸਾਬ ਨਾਲ ਅੱਜ ਦੇ ਟਾਈਮ ਇਹ ਵੀ ਕੁਐਰੀ ਸਾਡੇ ਕੋਲ ਜ਼ਿਆਦਾ ਆਉਂਦੀ ਆ ਨਵੀਂ ਦੀ ਘੱਟ ਆਉਂਦੀ ਆ ਅਸਲ ਲੋਹਾ ਤਾਂ ਇਹੀ ਆ ਨਾ ਹਾਂ ਭਾਰੀ ਆ ਬਈ ਹੈ ਤੇ ਬਈ ਇਹ ਹੈ ਫਿਰ ਕਿੰਨੇ ਦੀ ਆ ਇਹ ਸਿਰਫ ਬਈ 7.5 ਲੱਖ ਦੀ ਕਾਰ ਦੇ ਦਾਂ 7.5 ਲੱਖ ਰੁਪਏ ਦੀ ਇਹ ਆ ਹਨਾ ਬਾਕੀ ਪੇਂਟ ਪੂੰਟ ਗੱਡੀ ਦਾ ਨਹੀਂ ਬਈ ਪੇਂਟ ਦੀ ਆਪਣੇ ਇੱਥੇ ਗੱਲ ਹੀ ਨਹੀਂ ਕਰਦੇ ਪੇਂਟ ਦੀ ਆਪਣਾ ਹਰੇਕ ਗੱਡੀ ਦੀ ਉਹ ਗਾਰੰਟੀ ਆ ਆਪਾਂ ਪੇਂਟ ਨਾ ਪੀਸ ਚੇਂਜ ਨਾ ਪੇਂਟ ਮਾਲ ਰੱਖਦੇ ਹੀ ਨਾ ਆਪਾਂ ਪੇਂਟ ਗੱਡੀ ਲਈਏ ਨਾ ਦਈਏ ਜੇ ਕਿਸੇ ਭਰਾ ਨੇ ਵਿੱਚ ਕੋਈ ਕਟਾਉਣੀ ਵੀ ਆ ਜੇ ਚੰਗੀ ਗੱਡੀ ਹੋਈ ਤਾਂ ਹੀ ਕੱਟਾਂਗੇ ਮਾੜੀ ਗੱਡੀ ਅਸੀਂ ਕੱਟਦੇ ਨਹੀਂ ਨਾ ਅਸੀਂ ਮਾੜੀ ਗੱਡੀ ਦਈਏ ਕਿਉਂਕਿ ਤਾਂ ਸਾਨੂੰ ਕਿਸੇ ਨੂੰ ਵੇਚਣੀ ਪੈਣੀ ਹੈ ਜਿਹੜੀ ਮਾੜੀ ਕੱਟਾਂਗੇ ਯਾਰ ਬਿਲਕੁਲ ਬਾਈ ਠੀਕ ਹੈ ਕਿ ਨਹੀਂ ਇਹਦੇ ਨਾਲੋਂ ਪਹਿਲਾਂ ਹੀ ਕੁਆਲਿਟੀ ਦਾ ਕੰਮ ਕਰ ਲਓ ਘੱਟ ਕਰ ਲਓ ਹੀਰੋ ਬਾਈ ਕੱਲ ਨੂੰ ਕਿਸੇ ਮਾਵਾਂ ਦੇ ਪੁੱਤਾਂ ਨਾਲ ਕੱਲ ਨੂੰ ਐਵੇਂ ਆਪਾਂ ਜਿੱਦੇ ਫਿਰਾਂਗੇ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਅੱਜ 50,000 ਕਮਾ ਕੇ ਕੱਲ 5 ਲੱਖ ਲੱਗ ਜਾਵੇ ਅਗਲੇ ਦੀ ਬਾਦੂ ਆ ਕਈ ਵਾਰ ਇਹੋ ਜਿਹੀ ਲੱਗ ਜਾਂਦੀ ਹੈ ਕਿਉਂਕਿ ਗੱਡੀ ਬਾਈ ਜੀ ਦੂਜਾ ਘਰ ਅੱਜ ਦੇ ਟਾਈਮ ਬੰਦੇ ਦਾ ਹਾਂ ਬਾਈ ਬਿਲਕੁਲ ਬੰਦਾ ਇੰਨਾ ਟਾਈਮ ਗੱਡੀ 'ਚ ਘਰ 'ਚ ਨਹੀਂ ਰਹਿੰਦਾ ਜਿੰਨਾ ਟਾਈਮ ਗੱਡੀ 'ਚ ਰਹਿੰਦਾ ਬਿਲਕੁਲ ਸਾਫ ਜੀ ਗੱਲ ਆ ਹਨਾ ਤੇ ਕੱਲ ਨੂੰ ਲਾ ਲਓ ਆਪਾਂ ਅਗਲੇ ਨੂੰ ਮਾੜੀ ਗੱਡੀ ਦੇ ਦੇਵੇ ਤੇ ਅਗਲਾ ਕਿਤੇ ਰਾਤ ਨੂੰ ਰੋਡ ਤੇ ਖੜ ਜਾਵੇ ਪਰਿਵਾਰ ਨਾਲ ਫਿਰ ਅਗਲੇ ਦਾ ਦਿਲ ਕੀ ਕਹੂ ਯਾਰ ਬਿਲਕੁਲ ਸੈਕਿੰਡ ਹੈਂਡ ਤਾਂ ਹੀਰੋ ਬਾਈ ਇਹ ਆਪਣੇ ਵਾਸਤੇ ਨੇ ਜਿਹੜਾ ਬੰਦਾ ਲੈ ਕੇ ਚੱਲਿਆ ਉਹਦੇ ਵਾਸਤੇ ਤਾਂ ਨਵੀਂ ਹੈ ਨਾ ਬਿਲਕੁਲ ਬਿਲਕੁਲ ਅਸੀਂ ਇਹ ਚੀਜ਼ਾਂ ਦਾ ਹੀ ਗੌਰ ਰੱਖਦੇ ਹਾਂ ਵੀ ਯਾਰ ਕਿਸੇ ਦਾ ਮਨ ਨਹੀਂ ਦੁਖਣਾ ਚਾਹੀਦਾ ਬਸ ਇਸ ਨੇ ਨਿਕਲਣੀ ਚਾਹੀਦੀ ਦਿਲ ਚੋਂ ਬਿਲਕੁਲ ਬਾਈ ਤੇ ਹੁਣ ਬਾਈ ਸਾਰੀਆਂ ਗੱਡੀਆਂ ਦਿਖਾਤੀਆਂ ਜੇ ਕਿਸੇ ਨੇ ਸਾਡੇ ਕੋਲੇ ਖਰੜ ਆਉਣਾ ਹੋਵੇ ਸਿੱਧਾ ਬਿਨਾਂ ਫੋਨ ਕੀਤੇ ਤਾਂ ਆਉਣ ਕਿੱਥੇ ਇਹ ਬਾਈ ਜੀ ਆਪਣਾ ਖਰੜ 'ਚ VR ਮਾਲ ਆ ਤੁਸੀਂ ਗੂਗਲ ਮੈਪ 'ਤੇ ਪਾ ਸਕਦੇ ਹੋ ਕਿਸੇ ਨੂੰ ਵੀ ਪੁੱਛ ਸਕਦੇ ਹੋ ਉਹਦੇ ਬਿਲਕੁਲ ਆਪਣੀ ਦੁਆਰ ਦੇ ਨਾਲ ਦੁਆਰ ਆ ਚੈਂਪੀਅਨਸ ਰਾਈਡ ਨਾਮ ਤੋਂ ਆਪਣਾ ਆਫਿਸ ਆ ਐਨੀ ਟਾਈਮ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਫੋਨ ਨੰਬਰ ਤੁਸੀਂ ਦੇ ਫੋਨ ਨੰਬਰ ਸਕਰੀਨ ਤੇ ਆਪਾਂ ਦੇ ਦਿੱਤੇ ਨੇ ਉਹਦਾ ਕਿੱਥੇ ਵੀ ਕੀ ਇੱਥੇ ਹਾਂ ਇੱਥੇ ਦੇ ਦਿੱਤੇ ਨੇ ਬਾਈ ਨੰਬਰ ਤੇ ਹੁਣ ਬਾਈ ਆਸ ਕਰਦੇ ਵੀਡੀਓ ਤੁਹਾਡੇ ਕੰਮ ਆਊਗੀ ਖਾਸ ਕਰਕੇ ਲਗਜ਼ਰੀ ਗੱਡੀਆਂ ਵਾਲੀ ਬਾਈ ਜਿਹੜੇ ਬੰਦੇ ਝੋਟੇ ਪਾਲਣੇ ਚਾਹੁੰਦੇ ਨੇ ਬਾਈ ਘੱਟ ਖਰਚੇ ਦੇ ਵਿੱਚ ਜੀ ਦੇ ਦਿੱਤੇ ਬਾਈ ਤੁਹਾਨੂੰ ਬਾਕੀ ਆਸ ਕਰਦੇ ਮਿੱਤਰੋ ਵੀਡੀਓ ਤੁਹਾਡੇ ਕੰਮ ਆਵੇ ਤੁਹਾਨੂੰ ਪਸੰਦ ਆਈ ਹੋਊਗੀ ਤੇ ਤੁਹਾਡਾ ਤੇ ਬਾਈ ਜੀ ਤੁਹਾਡਾ ਬਾਈ ਸਮਾਂ ਦੇਣ ਲਈ ਧੰਨਵਾਦ ਜੀ ਠੀਕ ਹੈ ਬਾਈ ਥੈਂਕ ਯੂ ਬਾਈ ਓਕੇ ਜੀ ਲਓ ਜੀ ਬਣ ਗਈ ਵੀਡੀਓ